ਬੇ ਖੜਾ ਹੋ ਜਾ, ਮਾਂ ਆ ਗਈ, ਮਾਂ ਆਹੋ ਮਾਂ ਆ ਗਈ। ਤੈਨੂੰ ਸੁਣਦਾ ਨਹੀਂ ਕਦੋਂ ਦੀ ਬੋਲ ਮਾਰੀ ਜਾਂਦੀ, ਮੈਂ ਕਿਵੇਂ ਪਿਆ ਲੰਮੀਆਂ ਤਾਣੀ। ਉਹ ਮਾਂ ਬੋਲ ਤਾਂ ਤੈਨੂੰ ਮੈਂ ਵੀ ਮਾਰੀ ਜਾਂਦਾ ਸੀ, ਮੈਨੂੰ ਬੁਖਾਰ ਵਾਲਾ ਹੋਇਆ ਪਿਆਗਾ। ਬੇ ਤੇਰਾ ਬੁਖਾਰ ਨਾ ਮੈਂ ਹੁਣ ਭਜਾ ਦੂੰਗੀ। ਚੁੱਪ ਕਰਕੇ ਉਹਨਾਂ ਨੂੰ ਨੀਰਾ ਪਾ ਦੇ, ਡੰਗਰਾਂ ਨੂੰ ਕਿਵੇਂ ਤੜਾਈ ਜਾਂਦੇ ਨੇ ਉਹ। ਮਾਂ ਤੈਨੂੰ ਡੰਗਰਾਂ ਦੀ ਹੋਈ ਪਈ ਆ, ਰੋਜ਼ ਹੀ ਪਾਉਣਾਗਾ। ਉਹਨੂੰ ਚੰਨੀ ਨੂੰ ਕਹਿ ਦੇਣਾ ਬੜਾ ਬੁਖਾਰ ਹੋਇਆ ਪਿਆਗਾ। ਬੇ ਮੈਂ ਨਹੀਂ ਕਹਿੰਦੀ ਮੇਰੇ ਪੁੱਤ ਨੂੰ, ਕਿਉਂ ਚੰਨੀ ਮੈਂ ਕੰਮ ਵਾਸਤੇ ਰੱਖਿਆ ਹੋਇਆ, ਤੂੰ ਵੱਡਾ ਬੜੋਕੜ ਆਂਗਾ, ਤੂੰ ਪਾ ਕੇ ਆ ਨੀਰਾ। ਉਹ ਮਾਂ ਮੈਂ ਰੋਜ਼ ਹੀ ਮੈਂ ਪਾਉਣਾ, ਤੂੰ ਐ ਕਰ। ਨਹੀਂ ਚੰਨੀ ਨੇ ਕਹਿਣਾ ਤੂੰ ਪਾ ਦੇ, ਬੜਾ ਬੁਖਾਰ ਹੋਇਆ ਪਿਆ। ਲੈ ਹਜੇ ਮੈਨੂੰ ਕਹਿੰਦਾ ਮੁੜ ਕੇ ਖੜਾ ਹੋਵੇ, ਸੁਣਦਾ ਹੀ ਨਹੀਂ ਹੈਗਾ ਗੱਲ। ਚੱਲ ਖੜਾ ਹੋ, ਚੱਲ ਨੀਰਾ ਪਾ ਕੇ ਆ। ਨੀਰਾ ਮੈਂ ਕਿੱਥੋਂ ਬਾਅਦ ਮੈਂ ਥੱਲੇ ਉੱਤਰ ਜਾ ਚੁੱਪ ਕਰਕੇ। ਮਾਂ ਮੈਨੂੰ ਤਾਂ ਕਿਤੇ ਕਿਤੇ ਐਂ ਲੱਗਦਾਗਾ ਮੈਂ ਤੇਰਾ ਮੁੰਡਾ ਹੀ ਨਹੀਂਗਾ। ਦੱਸ ਜੇ ਸਾਲ 'ਚ ਬੰਦਾ ਦੋ ਵਾਰੀ ਬਿਮਾਰ ਹੋ ਜੇ ਤੁਸੀਂ ਉਹਦੇ ਵੀ ਨਹੀਂ ਕੱਖ ਪਾ ਸਕਦੇ। ਦੱਸ ਮੈਂ ਰੋਜ਼ ਹੀ ਮੈਂ ਪਾਉਣਾਗਾ, ਛੋਟਾ ਜਿਹਾ ਸੀ ਜਦੋਂ ਤੂੰ ਮੈਨੂੰ ਕੰਮ 'ਤੇ ਲਾਤਾ ਸੀ, ਪੜ੍ਹਨਾ ਵੀ ਨਹੀਂ ਦਿੱਤਾ, ਅਤੇ ਆਹ ਹੁਣ ਦੇਖ ਲਾ ਕੀ ਕਰੀ ਜਾਂਦੇ ਰਹਿੰਦੀ। ਇਹੋ ਜਿਹੀਆਂ ਮਾਵਾਂ ਹੁੰਦੀਆਂ ਗੀਆਂ। ਬੇ ਪੜ੍ਹਨ ਨੂੰ ਤੈਨੂੰ ਕੀ ਹੋਇਆ, ਹੋਰ ਨਾ ਕਿਤੇ ਤੈਨੂੰ ਮੈਂ ਡੀਸੀ ਲਵਾ ਦਾਂ। ਕੰਮ ਕਰ ਲੈ ਚੁੱਪ ਕਰਕੇ, ਮਸਾਂ ਭਾੜਿਆ ਤੈਨੂੰ ਐਡਾ ਵੱਡਾ ਮਸਾਂ ਕਰਿਆ ਮੈਂ, ਹੁਣ ਖਰਚਾ ਮੋੜ ਦਿਆ ਕਰ ਮੇਰਾ ਤੂੰ। ਨਾ ਮੈਨੂੰ ਖਰਚੇ ਵਾਸਤੇ ਕਰ, ਉਹ ਵੀ ਮੁੰਡਾ ਹੀ ਆ, ਉਹਨੂੰ ਤਾਂ ਕਿਤੇ ਕੁਛ ਵੀ ਨਹੀਂ ਕਰਨ ਦਿੰਦੀ, ਕੋਈ ਭਾਰੀ ਚੀਜ਼ ਵੀ ਨਹੀਂ ਚੱਕਣ ਦਿੰਦੀ। ਕਹਿੰਦੇ ਨੇ ਜੇ ਚੀਜ਼ ਚੱਕ ਲਈ ਤੇਰਾ ਕੁਛ ਦੋਹਣ ਲੱਗ ਜੂਗਾ, ਤੇ ਮੈਨੂੰ ਕਹਿੰਦੇ ਚੱਕਲਾ ਕੁਛ ਨਹੀਂ ਹੁੰਦਾ ਭਾਰੀ ਚੀਜ਼ ਨਾਲ। ਕਮਾਲ ਕਰੀ ਜਾਂਦੇ ਮਾਂ। ਬੇ ਮੇਰੇ ਮੂਹਰੇ ਦਵਾਲ ਸਵਾਲ ਕਰਦਾ ਤੂੰ, ਆਹ ਤਾਂ ਕਰਕੇ ਕਹਿੰਦੇ ਉਹ ਮੇਰਾ ਆਪਦਾ ਪੁੱਤ ਹੈਗਾ। ਮੈਨੂੰ ਤਾਂ ਐਂ ਲੱਗਦਾ ਮਾਂ, ਮੈਨੂੰ ਤੂੰ ਜਿਹੜਾ ਪਾ ਲਿਆ ਨਾ ਇਹਦਾ ਕਰਜ਼ਾ ਵਸੂਲ ਕਰੀ ਜਾਂਦੇ ਮੈਥੋਂ ਕਿਤੇ। ਮੈਨੂੰ ਤਾਂ ਹੀ ਲੱਗਦਾ ਹੁੰਦਾ 24 ਘੰਟੇ, ਫਿਰ ਮੈਨੂੰ ਆਹ ਦਿਨ ਤਾਂ ਨਾ ਦੇਖਣੇ ਪੈਂਦੇ। ਤੇ ਗੱਲ ਰਹੀ ਪਾਲਣ ਦੀ, ਚੰਨੀ ਨੂੰ ਵੀ ਬਰੋਬਰ ਹੀ ਪਾਲਿਆਗਾ, ਤੇ ਉਹ ਮੈਥੋਂ ਸੌਖੇ ਰਹਿੰਦਾਗਾ, ਉਹਨੂੰ ਤੂੰ ਕੁਛ ਨਹੀਂ ਕਰਨ ਦਿੰਦੀ। ਨਾਲੇ ਰੋ ਡੇਲੀ ਪੈਸੇ ਦਿੰਦੀ ਆ, ਮੈਂ ਫਿਰ ਰੁਪਇਆ ਮੰਗਣਾ ਤੂੰ ਮੈਨੂੰ ਰੁਪਇਆ ਵੀ ਦਿੰਦੀ। ਨਾਲੇ ਸਾਰਾ ਕੰਮ ਮੈਥੋਂ ਕਰਾਉਣੀ ਆ, ਆਹ ਗੋਹੇ ਕੁੜਿਆ ਦੀ ਲਾਸ਼ ਤੂੰ ਉਹ ਵੀ ਹਟਾਤੀ, ਅੱਗੇ ਤੂੰ ਆਪ ਸਿੱਟੇਗਾ ਤੂੰ ਕੀ ਕਰਦਾਗਾ। ਇਹ ਇੰਨਾ ਅੱਤਿਆਚਾਰ ਮਾਰਾ ਹੁੰਦਾ ਉਹ ਵੀ ਆਪਦੇ ਪੁੱਤਾਂ ਤੇ। ਲੈ ਮੈਨੂੰ ਸਿਖਾਉਂਦਾ ਮਾੜਾ ਹੁੰਦਾ, ਚੁੱਪ ਕਰਕੇ ਨਾ ਤੂੰ ਕੰਮ ਕਰ ਲੈ, ਨਾਲੇ ਆ ਇਹੋ ਜਿਹੀਆਂ ਵਧਵੀਆਂ ਘਟਵੀਆਂ ਗੱਲਾਂ ਜੀਆਂ ਨਾ ਕਰਿਆ ਮੇਰੇ ਕਰਨ ਨਾਲ ਤੂੰ। ਮੈਂ ਦੱਸਦਾ ਮੈਨੂੰ ਬੁਖਾਰ ਹੋਇਆ ਪਿਆ, ਬੁਖਾਰ ਹੋਇਆ ਪਿਆ, ਮੈਨੂੰ ਵੀ ਤੇਰਾ ਪਿਆ ਬੁਖਾਰ। ਖੜਾ ਹੋ ਜਾ ਚੁੱਪ ਕਰਕੇ ਤੂੰ, ਚੱਲ ਨੀਰਾ ਪਾ ਦੇ, ਸਿੱਧਾ ਹੋ ਕੇ ਸੁਣਾਉਂਦਾ ਹਜੇ। ਲੈ ਚੰਨੀ ਦਾ ਕੀ ਸਰੀਕਾ ਤੈਨੂੰ? ਉਹ ਸਰੀਕਾ ਨਹੀਂ ਮਾਂ, ਮੈਂ ਤੈਨੂੰ ਸਰੀਕਾ ਨਹੀਂ ਕਿਹਾ, ਮੈਨੂੰ ਮੈਨੂੰ ਆ ਦੇਖੋ ਤੇਰੇ ਸਾਹਮਣੇ ਬੁਖਾਰ ਵਾਲਾ ਹੋਇਆ ਪਿਆ। ਮੈਂ ਸਰੀਕਾ ਕਿਹਾ, ਮੈਂ ਤਾਂ ਐਂ ਕਹਿੰਦਾ ਇੱਕ ਤੈਨੂੰ ਉਹ ਪਾ ਦੂੰਗਾ। ਕੋਈ ਨਾ, ਕਹਿ ਰਹੇ ਤੇਰੇ ਗੋਲੀ ਵੱਜੀ ਬੁਖਾਰ ਨਾਲ। ਕਿਵੇਂ ਬੋਤਲ ਬਹਾਨੇ ਲਾਉਂਦਾ ਗੱਲ ਹੈ? ਉਹ ਬਹਾਨਾ ਕਿ ਕਿਤੇ ਨਹੀਂ ਲਾਇਆ, ਸਾਲ ਚ ਨਹੀਂ ਬਹਾਨੇ ਲਾਏ, ਜ਼ਿੰਦਗੀ ਏਡੀ ਹੋ ਗਈ ਪਹਿਲਾਂ ਤਾਂ ਬਹਾਨੇ ਲਾਏ। ਬੇ ਤੂੰ ਮੇਰੇ ਮੂਹਰੇ ਨਾ ਬੋਲਿਆ ਕਰ, ਵਗ ਜਾ ਚੁੱਪ ਕਰਕੇ ਤੂੰ, ਕਿਉਂ ਮੈਥੋਂ ਖਾਣੀਆਂ ਨੇ ਹੁੱਜਾਂ। ਚੱਲ ਚੱਲ ਹੌਲੀ ਹੌਲੀ ਤੁਰਦਾ ਦੇਖ, ਚੱਲ 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 ਬਾਨੀ ਰਾ। ਮਾਂ ਮੈਨੂੰ ਕੋਠੀ ਤਾਂ ਪਾ ਲੈਂਦੇ। ਬੇ ਕੋਠੀ ਨੂੰ ਤੇ ਕਦਰੇ ਮਰਦਾ ਹੈਗਾ ਵਾ, ਜਾ ਕੇ ਨੀਰਾ ਪਾ ਦੇ। ਉਹਨਾਂ ਕੰਨੀ ਵੀ ਦੇਖ ਲੈ ਕਿ ਮੈਂ ਠੰਡ ਚ ਮਰੀ ਜਾਂਦੇ ਕੰਨ, ਨੀਰਾ ਚਾਰੇ ਤੇ ਗੌਰ ਕਰ ਲਿਆ ਕਰ। ਉਹ ਮੈਂ ਵੀ ਠੰਡ ਚ ਮਰੀ ਜਾਂਦਾ, ਮੈਂ ਵੀ ਐਂ ਕਹਿਣਾ ਠੰਡ ਚ ਮਰੀ ਜਾਂਦਾ। ਉਹਨਾਂ ਦਾ ਤਾਂ ਹੋ ਗਿਆ, ਮੇਰਾ ਹੋ ਜਾਣੀਗਾ। ਮਰ ਜੇ ਤਾਂ ਤੂੰ ਮੰਨ ਲਾ ਤਾਂ ਸੱਪ ਹੀ ਮੁੱਕ ਜੇ ਪਰੇ। ਉਹ ਮੈਂ ਵੀ ਐਂ ਕਹਿਣਾ, ਕਿੱਥੇ ਜਲੂਸ ਕਢਾ ਰੱਖਿਆਗਾ ਉਹਦਾ, ਜਵਾਖ ਦਾ ਸਰੀਕਾ ਕਰਦਾ ਲੈ, ਕਿੱਥੇ ਚੱਕ ਲਿਆਂਦਾ ਮੈਂ, ਗੁੱਸਾ ਬਹੁਤ ਚੜਦਾ ਮੈਨੂੰ, ਦਿਮਾਗ ਖਰਾਬ ਕਰ ਰੱਖਿਆ ਇਹਨੇ ਮੇਰਾ। ਕਾਹਦੀ ਕਿਸਮਤ ਦਿੱਤੀ ਹੈ, ਚੱਜ ਦੇ ਘਰੇ ਜਨਮ ਦੇ ਦਿੰਦਾ, ਸਾਰਾ ਦਿਨ ਕੰਮ ਕਰਦੇ ਆਂਗੇ। ਦੱਸ ਆਹ ਕੱਖ ਮੇਰੇ ਪਾਏ ਪਏ ਸੀਗੇ ਇਸ ਗੱਲ ਦੇ ਬਾਰੇ, ਪਹਿਲਾਂ ਪਾ ਕੇ ਰੱਖਤੀ, ਪਸ਼ੂ ਵੀ ਬੰਨਣੇ ਸੀਗੇ, ਹੁਣ ਪਿਆ ਸੀ ਘੰਟਾ। ਮੈਂ ਗੋਲੀ ਗਾਲੀ ਤਾਂ ਦਿੱਤੀ ਨਹੀਂ ਕੋਈ, ਵੀ ਬੁਖਾਰ ਲਾਈ ਜਾਊਗਾ, ਗੋਲੀ ਦੇ ਦੀ ਬੁਖਾਰ ਲੈ ਜਾਂਦਾ। ਹਾਂ ਲਾਉਂਦੇ ਆਏ ਸਲੋਟ ਬੁਖਾਰ ਮੇਰਾ ਆਪ ਤਾਂ ਤੁਹਾਨੂੰ ਉਹਨਾਂ ਦਾ ਥਾ, ਮੈਨੂੰ ਤਾਂ ਤੁਹਾਡਾ ਹੈਗਾ। ਹਾਂ ਕੀ ਹੋ ਗਿਆ? ਪਾਉਣਾ ਗਾ, ਹੋਰ ਕੀ ਆ, ਪਾਉਣਾ ਪਾਉਣਾ। ਬਚ 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 ਲਾਏ, ਉੱਥੇ ਅੰਦਰ ਕੱਖ ਪਾ ਕੇ ਤਾਂ ਪਏ ਸੀਗੇ, ਵੀ ਦੱਸੋ ਕੀ ਹੁੰਦਾ ਸੀ ਇਹਨਾਂ ਨੂੰ, ਹਾਲੇ ਵਧੀਆ ਉਹ ਕਰ ਲੈਂਦੇਗਾ। ਹਟ ਜਾ।
ਓ ਠੰਡੀ ਬਾਹ ਲੱਗੀ ਜਾਂਦੀ ਹੈ। ਹੋਰ ਅੱਬਾ ਆ ਜਾ ਆ ਜਾ ਰਾਜਾ, ਤੂੰ ਤਾਂ ਇੱਥੇ ਛੱਡ ਜਾ, ਠੰਡ ਆ ਗਈ। ਆ ਗੋਹਾ ਵੀ ਉਵੇਂ ਪਿਆ, ਇਹ ਵੀ ਨਹੀਂ ਛਿਟਕਿਆ, ਕੱਖ ਵੀ ਉਵੇਂ ਪਏ ਆ, ਇਹ ਵੀ ਨਹੀਂ ਕੁਤਰੇ, ਤੇ ਗੋਹਾ ਵੀ ਉਵੇਂ ਪਿਆ। ਲੈ ਮੈਨੂੰ ਤਾਂ ਉੱਧਰ ਬਾਈ ਆਉਂਦਾ, ਲੈ ਬੱਠਲ ਚੁਕਾਉਣ ਆਉਂਦਾ ਹੋਊਗਾ, ਉਹਨੂੰ ਐਂ ਹੁੰਦਾ ਵੀ ਬਾਈ ਔਖਾ ਹੁੰਦਾ। ਆ ਗਿਆ ਬਾਈ, ਮਾੜੀ ਮੋਟੀ ਸ਼ਰਮ ਹੈਗੀ ਤੈਨੂੰ? ਕੀ ਹੋ ਗਿਆ? ਉਹ ਰੇੜੀ ਗੋਹੇ ਦੀ ਭਰੀ ਪਈ ਆ, ਉਹ ਪਈ ਆ, ਤੇ ਕੱਖ ਪਏ ਆ, ਇਹ ਨਹੀਂ ਕੁਤਰੇ, ਤੇ ਪਸ਼ੂਆਂ ਨੂੰ ਤੂੰ ਕੱਖ ਨਹੀਂ ਪਾਏ, ਤੇ ਆ ਗੋਹਾ ਸਿੱਟਣ ਵਾਲਾ ਪਿਆ, ਤੇ ਖਾ ਖਾ ਕੇ ਤੂੰ ਦੰਨ ਬਣੀ ਜਾਂਦਾ, ਤੇ ਮਾੜਾ ਮਾੜਾ ਕੰਮ ਕਰ ਲਿਆ ਕਰ, ਹੱਥ ਲਾ ਲਿਆ ਕਰ, ਮੈਂ ਤੈਨੂੰ ਕਹਿਣਾ ਚੰਗਾ ਲੱਗਦਾ? ਉਹ ਤੜਕੇ ਸਦੇਹਾਂ ਪਾ ਦੇ 4 ਵਜੇ, ਮੈਨੂੰ ਹੋ ਗਿਆ ਬੁਖਾਰ, ਆ ਮਾਂ ਨੇ ਮੈਨੂੰ ਹੁਣ ਧੱਕੇ ਨਾਲ ਠਾਤਾ, ਮੈਂ ਤੁਹਾਨੂੰ ਕਿਹਾ ਵੀ ਚੰਨੀ ਨੂੰ ਕਹਦੇ, ਗੋਹਾ ਛਿੱਟਦਾ ਜੀ ਆਹੀ ਰਹਿੰਦਾ, ਉਹਦੇ ਸਾਰਾ ਛਿੱਟੇ ਦਾ ਪਿਆ ਗੋਹਾ, ਕੱਖ ਕੁੱਤਣਾ ਰਹਿੰਦੇ ਵਾ, ਮੈਂ ਇਹਨੂੰ ਦਾਣਾ ਰਾਤਾ ਸੀ, ਮੈਂ ਕਿਹਾ ਬਾਅਦ 'ਚ ਕੁੱਤੇ ਦਾ ਲੈਟ ਹੈ ਨਹੀਂ ਸੀਗੀ, ਹੁਣ ਫਿਰ ਮੈਂ ਕਹਿੰਦਾ ਕੁੱਤ ਦਿੰਦਾ। ਸਾਰੇ ਬਹਾਨੇ ਤੇਰੇ ਕੋਲ ਹੀ ਆ, ਸਾਰੀ ਦੁਨੀਆਂ ਦੇ ਬਹਾਨੇ ਤੇਰੇ ਕੋਲ ਆ, ਕਿੰਨੇ ਮਰਜ਼ੀ ਗੱਪ ਮਰਵਾ ਲਾ ਜਿੱਥੋਂ। ਉਹ ਸਾਰਾ ਦਾ ਕੰਮ ਕਰਦਾ ਬਾਈ ਯਾਰ, ਤੂੰ ਵੀ ਮਾਂ ਮੈਨੂੰ ਲੱਗ ਜਾਂਦਾ, ਮੈਨੂੰ ਤਾਂ ਹੀ ਮੈਂ ਬੱਠਲ ਚਲਾਉਣ ਆਉਂਦਾ ਹੋਊਗਾ। ਤੇ ਚੱਕ ਲੈ ਕਿੰਨਾ ਕੁ, 5 ਕਿਲੋ ਗੋਹਾ ਨਹੀਂ? ਚਲੋ ਬੁਖਾਰ ਸੀ ਵਾਲਾ, ਜਿਹਦੇ ਉਹ ਬੁਖਾਰ ਆ ਤੈਨੂੰ ਪਿਆ, ਤੈਨੂੰ ਪਤਾ ਗਾ ਆਪਾਂ ਸ੍ਰੀ ਕੰਮ ਹੀ ਜਾਂਦਾ ਗਾ। ਸ੍ਰੀ ਚੱਕ ਲੈ ਦਵਾ ਦਾ, ਕੰਮ ਕਰਕੇ ਆਇਆ, ਬਹਾਨੇ ਜਿਹੜਾ ਮਾਰਿਆ ਕਰ। ਚੰਗਾ ਸਾਰੇ ਇੱਕੋ ਜਿਹੀ ਆ, ਦਿਮਾਗ ਖਰਾਬ ਕਰ ਦੇਣਾ ਸਵੇਰੇ ਸਵੇਰੇ ਮੇਰਾ। ਕੀ ਕੱਢਣਾ ਚਾਹੁੰਦੇ ਆ, ਮਰਜ਼ੀ ਆ, ਹੇ ਪਰਮਾਤਮਾ ਉਹੀ ਸਾਥ ਦੇ ਦੇ। ਓਹੋ ਕਿਦਾ ਬੁਖਾਰ ਨੇ ਲੈ ਲੇ, ਕਹਿੰਦੇ ਲੈ ਪਾਣੀ ਲਾ ਲੇ। ਓਹੋ ਆ ਦੇਖ ਲਾ, ਕਹਿੰਦੇ ਇੱਕ ਸਾਡਾ ਮੁੰਡਾ ਹੈਗਾ, ਮੈਂ ਤਾਂ ਲੱਗਦਾ ਨੌਕਰ ਨੌਕਰ ਭਾਲ ਕੇ ਲਿਆਇਆ, ਕਾਹਦਾ ਮੁੰਡਾ ਹੈਗਾ, ਮੁੰਡੇ ਤਾਂ ਇਹੋ ਜਿਹੇ ਹੁੰਦੇ ਆ, ਆਪ ਦਾ ਆਰਾਮ ਲੈਂਦੇ ਆ, ਉਹੋ ਜਿਹੀ ਮਾਂ ਉਹੋ ਜਿਹਾ ਪੁੱਤ ਆ, ਮੈਂ ਤਾਂ ਸਾਰਾ ਦਿਨ ਕੰਮ ਕਰਾਈ ਜਾਂਦੇ, ਕੋਈ ਨਹੀਂ ਇੱਕ ਨਾ ਇੱਕ ਦਿਨ ਭਰਨਾ ਪਊ ਸਾਨੂੰ। ਓਏ ਚੰਗੀ ਦਵਾਈ ਦਵਾਉਂਦੇ ਆ, ਜਦੋਂ ਤਾਪ ਚੜ੍ਹ ਜਾਂਦਾ ਮੈਂ ਕਹਿੰਦਾ ਨਾ ਮੈਨੂੰ ਗੋਲੀ ਦਵਾ ਦਿਓ, ਅਤੇ ਕਹਿੰਦੇ ਗੋਹਾ ਸੁੱਟ ਲਾ, ਗੋਹੇ ਨਾਲ ਆਰਾਮ ਆਜੂਗਾ। ਲੈ ਗੋਹੇ ਨਾਲ ਆਰਾਮ ਆਉਂਦਾ ਹੁੰਦਾ, ਕਿ ਭਾਰੀ ਚੀਜ਼ ਚੱਕ ਲੇ ਨਾ ਹੈ, ਬੈਠ ਗਿਆ ਆ ਕੇ, ਜੇ ਡੰਗਰ ਤੁਸੀਂ ਬੰਨਦਾ ਤੇ ਕਿੱਡੀ ਕੁ ਗੱਲ ਸੀਗੀ। ਉਹ ਕੀ ਹੋ ਗਿਆ ਤੈਨੂੰ? ਚੱਲ ਜਾ, ਉਹਨੂੰ ਬੁਖਾਰ ਚੜ੍ਹਿਆ ਸੀ ਵੱਡੇ ਨੂੰ, ਤੇ ਤੁਸੀਂ ਕੰਮ ਕਰ ਲਾ ਦੇ, ਕੋਈ ਫਾਹਾ ਪੈਂਦਾ ਸੀ ਤੁਹਾਨੂੰ। ਚੁੱਪ ਕਰਕੇ ਬਹਿ ਜਾ, ਆਪਦਾ ਕੰਮ ਕਰ ਲਿਆ ਕਰ, ਸਾਡੇ ਕੰਮ 'ਚ ਦਖਲ ਨਾ ਦਿਆ ਕਰ, ਉਹ ਕੰਮ ਇਹ ਲੈ ਕੇ ਆਓ ਕਰਨ ਦੇ ਕੰਮ ਨੂੰ। ਉਹ ਕੀ ਕਰਨ ਦੇ ਕੰਮ, ਜਦੋਂ ਬੰਦੇ ਦਾ ਚਿੱਤ ਠੀਕ ਨਹੀਂ ਹੁੰਦਾ, ਕੰਮ ਨੂੰ ਕਿੱਥੇ ਜੀ ਕਰਦਾ, ਤੈਨੂੰ 2 ਦਿਨ ਬੁਖਾਰ ਚੜ ਜੇ, ਦੇਖਾ ਤੂੰ ਮਾੜਾ ਉੱਠ ਜਾਏਗਾ ਮੰਜੇ ਚੋਂ। ਬਾਲੀ ਜਵਾਨ ਜੀ ਨਾਲ ਲੜਾ, ਵਿਆਹੀ ਤੂੰ ਮੇਰੇ ਨਾਲ ਕਹੋ ਦੇ ਨਾਲ, ਤੂੰ ਪੱਖ ਉਹਦਾ ਲਈ ਜਾਂਦੀ ਹੈ। ਨਹੀਂ ਉਹ ਬਿਮਾਰ ਹੈ, ਨਹੀਂ ਵੀ ਉੱਠਿਆ ਜਾਂਦਾ, ਕੰਮ ਨੂੰ ਨਹੀਂ ਮਨ ਕਰਦਾ, ਤੇਰੇ ਕਿਹੜਾ ਫਿਰ ਗੋਲੀ ਲੱਗ ਜੇ 2 ਮਿੰਟ ਡੰਗਰ ਵਾਰ ਕਰਦਾ ਦਾ, ਨਾਲੇ ਰਹੀ ਗੱਲ ਤੇਰੀ, ਉਹ ਬੇਬੇ ਤਾਪ ਤੇਰੇ ਨਾਲ ਮਿਲ ਰਹੀ ਹੈ ਜਮਾ। ਉਹ ਚੁੱਪ ਕਰ ਜਾ, ਉਹ ਮੈਨੂੰ ਪਤਾ, ਉਹ ਗਹਿਣਾ ਨੱਚੀ ਜਾਂਦਾ ਸੀ ਉਹ, ਆਹੋ ਡੀਜੇ ਗਵਾਂਢੀਆਂ ਦਾ ਲੱਗਿਆ ਨੱਚੀ ਹੋ ਜਾਂਦਾ ਸੀ। ਨਾ ਤੂੰ ਦੇਖ ਕੇ ਆਇਆ ਸੀ ਨੱਚਦੇ? ਉਹ ਦੇਖ ਕੇ ਆ, ਉਹਦੇ ਲੱਛਣ ਮੈਂ ਲੱਛਣ ਨਾਲੇ ਹੋਰ ਕੀ ਲੱਛਣ ਦੇਖ ਕੇ ਆਇਆ। ਤੂੰ ਚੁੱਪ ਕਰ ਜਾ, ਬਾਲੇ ਬਕਵਾਸ ਨਾ ਕਰਿਆ ਕਰ, ਲਪੜੇ ਨਾ ਖਾਣੀ ਸਵੇਰੇ ਸਵੇਰੇ, ਤੂੰ ਆਪਦਾ ਕੰਮ ਕਰ, ਨੰਗ ਜਾ ਨੰਗ। ਸੁਣ ਚੰਗੀ ਗੱਲ ਕਹਿਣੀ ਹੈ ਨਾ, ਉਹ ਤਾਂ ਤੁਹਾਨੂੰ ਬੁਰੀ ਲੱਗਦੀ ਹੈਗੀ,
ਮਾਂ ਪਤਾ ਨੂੰ ਚੰਗੀ ਗੱਲ ਕਹਿ ਨਾ ਕਰ, ਤੁਸੀਂ ਬਦਲਾ ਲੈ ਰੱਖਿਆ ਉਹਦਾ। ਉਹ ਬਗ ਗਿਆ, ਤੂੰ ਕਰ ਲੈ ਕੰਮ, ਕਰ ਲੈ ਕੰਮ ਨਾਲੇ। ਹੋਰ ਕੋਈ ਨਾ, ਅੱਜ ਮੈਂ ਕਹੂੰਗੀ ਵੀਰੇ ਨੂੰ ਵੀ ਜਮਾ ਨਾ ਕਰਿਆ ਕਰੋ ਡੱਕਾ, ਇੱਥੋਂ ਕਰਾਇਆ ਕਰੂ ਕੰਮ ਸਾਰਾ। ਕੋਈ ਨਾ ਮੈਂ ਕਰ ਲਿਆ ਚੰਗਾ, ਜਿੰਨੇ ਦਿਨ ਉਹ ਬਿਮਾਰ ਨੇ। ਚੰਗਾ ਚੰਗਾ, ਤੂੰ ਕਰੀ ਕੰਮ, ਤੂੰ ਨਾ ਕੀਤਾ ਨਾ ਤੇ ਦੇਖੀ ਤੇਰੇ ਪੈ ਕਰ ਨਾਲੇ। ਹੋਰ ਆ ਗਈ ਉਹਦੀ ਸਾਈਡ ਲੈਣ ਵਾਲੀ, ਸਵੇਰੇ ਸਵੇਰੇ ਦਿਮਾਗ ਖਰਾਬ ਕਰੀਆਂ, ਇਹਨੂੰ ਵੀ ਲੋਟ ਕਰਨਾ ਪਊ। ਬੇਬੇ ਨੂੰ ਕਹਿਣਾ ਇਹਦੀ ਲਾ ਧੌੜੀ, ਪਹਿਲਾਂ ਬੇਬੇ ਨਾਲ ਗੱਲ ਕਰਨ ਦੇ, ਇਹ ਧੌੜੀ ਲਾਉਣਾ, ਇਹ ਉਦਨੋਂ ਦਿਨੋਂ ਚਮੜੀ ਜਾਂਦੀ ਆ। ਵਿਆਹ ਕੀ ਕਰਾ ਲਿਆ, ਤਕੜੇ ਘਰ ਦੀ ਆ, ਫੇਰ ਕੀ ਹੋ ਗਿਆ, ਦਿਮਾਗ ਖਰਾਬ ਕਰਤੇ ਬੇਬੇ। ਹਾਂ ਪੁੱਤਾ। ਓਰੇ ਆ, ਆਉਣੀ ਆ ਪੁੱਤਾ, ਆ ਗਈ। ਓਏ ਆ ਜਾ ਮਾਂ, ਤੇਰੇ ਪੈਰਾਂ ਕੀ ਝਾਂਜਰਾਂ ਪਾਈਆਂ, ਐ ਤੁਰਦੀਆਂ ਹੌਲੀ ਹੌਲੀ। ਬੇ ਆ ਗਈ ਪੁੱਤ। ਹਾਂ ਦੱਸ ਕੀ ਕਹਿੰਦਾ ਸੀ। ਉਹ ਗੱਲ ਸੁਣ ਲਾ ਮਾਂ, ਆ ਮੇਰੇ ਵਾਲੀ ਨਾ ਉਹਦਾ ਪੱਖ ਬੜਾ ਲੈਂਦੀ ਆ, ਮੈਨੂੰ ਲਪੜੇ ਖਾਊ ਬਿਨ ਗੱਲ ਤੋਂ ਇਹ, ਤੇ ਸਮਝਾ ਦੇ ਇਹਨੂੰ। ਬੇ ਕੋਈ ਨਾ ਪੁੱਤ, ਸਮਝਾ ਦੂੰਗੀ। ਉਹਦੀ ਤਾਂ ਇਹ ਜਿਹੇ ਜਿਹੀ ਅਕਲ ਆ, ਉਹੀ ਜਿਹੀ ਵਰਤ ਲੈਂਦੀ ਹੈਗੀ। ਮੈਥੋਂ ਨੀ ਚੱਲਿਆ ਜਾਂਦਾ, ਤੈਨੂੰ ਮਿਲਟ ਚ ਠੰਡੀ ਕਰ ਦੂ, ਮਾਰ ਮਾਰ ਲਪੜੇ ਉਹਦੇ ਮੈਂ। ਜਿਵੇਂ ਸਹਿਮਤੀ ਨਾਲ ਵਿਆਹ ਕੀਤਾ ਨਾ, ਤੂੰ ਉਵੇਂ ਸਮਝਾ ਦੇ ਇਹਨੂੰ। ਬੇ ਕੋਈ ਨਾ ਪੁੱਤ, ਤੂੰ ਫਿਕਰ ਨਾ ਕਰ, ਮੈਂ ਉਹਨੂੰ ਆਪੇ ਸਮਝਾ ਦੂੰਗੀ। ਨਾਲੇ ਤੂੰ ਉਹਦੇ ਨਾਲ ਬਾਲਾ ਨਾ ਲੜਿਆ ਕਰ, ਉਹ ਉਹਦਾ ਕਰਦੀ ਹੈ, ਇਹਨੂੰ ਵਿਚਲੀਆਂ ਗੱਲਾਂ ਦਾ ਕੀ ਪਤਾ ਗਾ, ਉਹਦੀ ਮੇਰ ਜੀ ਮਾਰ ਜਾਂਦੀ ਹੈ ਇਹਨੂੰ, ਤਾਂ ਕਹਿ ਦਿੰਦੀ ਹੈਗੀ। ਉਹ ਜੇਠ ਲੱਗਦਾ ਵਾ, ਦਿਓਰ ਨੀ ਨਾਲੇ, ਉਹਦਾ ਖਸ ਮੁੰਡਾਈ ਬੈਠੀ ਹੈ। ਬੇ ਪੁੱਤ ਐ ਕਾਹਨੂੰ ਬੋਲਦਾ, ਇਹਨੂੰ ਅਕਲ ਨੀ, ਨਾਲੇ ਇਹਨੂੰ ਅੰਦਰਲੀਆਂ ਗੱਲਾਂ ਦਾ ਕੋਈ ਪਤਾ ਨੀ, ਆਪਾਂ ਨੂੰ ਤਾਂ ਹੁਣ ਪਤਾ ਗਾ, ਇਹਨੂੰ ਕੀ ਪਤਾ, ਤਾਂ ਹੀ ਤਾਂ ਬੋਲ ਜਾਂਦੀ ਹੈ ਇਹ। ਦੱਸ ਉਹਨੂੰ। ਇਹਨੂੰ ਪੁੱਤ ਨਹੀਂ ਦੱਸਣਾ, ਨਾਲੇ ਤੂੰ ਇਹਦੇ ਨਾਲ, ਮੈਂ ਤੈਨੂੰ ਦੁਬਾਰੇ ਕਹਿੰਦੀ, ਇਹਦੇ ਨਾਲ ਬਾਲਾ ਨਾ ਬੋਲਿਆ ਕਰ, ਮਾੜਾ ਜਿਹਾ ਠੰਡਾ ਰਿਹਾ ਕਰ। ਨਾਲੇ ਜਦੋਂ ਵਿਆਹ ਕੀਤਾ ਸੀ 10 ਲੱਖ ਰੁਪਇਆ ਦਿੱਤਾ ਗਾ ਵੱਡੇ ਘਰ ਦੀ ਆ, ਮਾੜਾ ਜਿਹਾ ਹਿਸਾਬ ਨਾਲ ਰਿਹਾ ਕਰ ਇਹਦੇ ਨਾਲ। ਤੂੰ ਫਿਰ ਮੁੱਲ ਲੈ ਲੈ 10 ਲੱਖ ਚ ਮੈਨੂੰ। ਬੇ ਨਹੀਂ ਪੁੱਤ, ਪੈਸੇ ਟੱਕੇ ਦੀ ਲੋੜ ਪੈਂਦੀ ਰਹਿੰਦੀ ਹੈਗੀ। ਪੈਂਦੀ ਰਹਿੰਦੀ ਆ, ਤੂੰ ਵੀ ਵਿਕ ਗਈ ਹੋਈ। ਬੇ ਚੰਗਾ, ਮੈਨੂੰ ਨਾ ਇਹਨਾਂ ਗੱਲਾਂ ਚ ਲਿਆ ਕਰ, ਤੂੰ ਮੈਥੋਂ ਚੋਰਵੋਂ ਚੋਰਵੋਂ ਨਾ ਜਦੋਂ ਬਾਲਾ ਬੋਲਦੀ ਹੁੰਦੀ ਆ, ਧਰ ਦਿਆ ਕਰ ਫਿਰ ਇੱਕ ਅੱਧੀ, ਮੈਂ ਆਪੇ ਠੰਡਾ ਪਾ ਦਿਆ ਕਰੂੰ ਕੰਮ। ਚੱਲ ਠੀਕ ਆ, ਹੁਣ ਬੋਲਣ ਦੇ, ਹੁਣ ਮੈਂ ਇਹਦੀ ਧੌਮ ਤੋੜੀ ਤੇ ਨਾਲੇ ਉਹਦੀ ਵੱਡੇ ਦੀ, ਦਿਮਾਗ ਖਰਾਬ ਕਰਤਾ ਸਵੇਰੇ ਸਵੇਰੇ। ਲਾ ਲਿਆ ਪੁੱਤ ਝਾੜੂ? ਹਾਂ ਮੰਮੀ ਲਾਤਾ। ਪੁੱਤ ਅਮਨ, ਮੇਰੀ ਗੱਲ ਸੁਣ, ਤੂੰ ਚੰਨੀ ਨਾਲ ਲੜਿਆ ਨਾ ਕਰ। ਮੈਂ ਕਦੋਂ ਲੜਦੀ ਹੈਗੀ ਮੰਮੀ ਉਹਦੇ ਨਾਲ? ਮੈਨੂੰ ਪਤਾ ਗਾ, ਆ ਹੁਣ ਤਾਂ ਤੂੰ ਬੋਲੀ ਜਾਂਦੀ ਸੀ, ਤਾਂ ਹੀ ਤਾਂ ਚੰਨੀ ਨੇ ਮੈਨੂੰ ਬੁਲਾਇਆ ਸੀ ਗੁੱਸੇ ਚ। ਫਿਰ ਕਿੱਡੀ ਕੁ ਗੱਲ ਸੀ, ਚੱਲ ਉਹਨੂੰ ਵੱਡੇ ਨੂੰ ਬੁਖਾਰ ਹੋਇਆ ਸੀ, ਜੇ ਡੰਗਰ ਵੰਡਦਾ ਤਾਂ ਕਿੱਡੀ ਕੁ ਗੱਲ ਸੀ, ਕੋਈ ਨੇਰੀ ਤਾਂ ਨਹੀਂ ਆ ਗਈ ਸੀਗੀ? ਕੋਈ ਨਾ ਅਮਨ, ਤੂੰ ਇਹਨੂੰ ਨਾ ਕਿਹਾ ਕਰ, ਕੋਈ ਨਾ ਇਹਨੂੰ ਆਪਦੀਆਂ ਮੌਜ ਮਸਤੀਆਂ ਕਰ ਲੈਣ ਦੇ, ਨਾਲੇ ਉਹ ਤਾਂ ਕੰਮ ਦੇ ਹੈ ਲੈਕ, ਨਾਲੇ ਤੈਨੂੰ ਵਿਚਲੀਆਂ ਗੱਲਾਂ ਦਾ ਪਤਾ ਨਹੀਂ, ਤੈਨੂੰ ਮੈਂ ਦੱਸਦੀ ਆ, ਉਹ ਆਪਣਾ ਆਪਦਾ ਨਹੀਂ ਹੈਗਾ। ਬੇਬੇ ਆਪਣਾ ਨਹੀਂ ਹੈਗਾ, ਇਹਦਾ ਕੀ ਮਤਲਬ? ਪੁੱਤ, 2 ਸਾਲ ਨਾ ਮੇਰੇ ਕੋਈ ਜਵਾਕ ਨਹੀਂ ਹੋਇਆ ਸੀ, ਤੇ ਤੇਰਾ ਪਾਪਾ ਮੇਰੇ ਨਾਲ ਲੜਦਾ ਰਹਿੰਦਾ ਸੀ, ਕਹਿੰਦਾ ਕੋਈ ਜਵਾਕ ਨਹੀਂ ਹੋਇਆ, ਤੇ ਉਹ ਤਾਂ ਕੁਦਰਤੀ ਕਿਤੇ ਇਹੋ ਜਿਹਾ ਆਇਆ ਦਿਨ ਇੱਕ ਦਿਨ, ਤੇ ਇਹ ਕਿਤੇ ਸਿੱਟਿਆ ਪਿਆ ਸੀ ਰਸਤੇ ਚ, ਤੇ ਮੈਂ ਚੱਕ ਲਿਆ, ਤੇ ਉਦੋਂ ਬਾਅਦ ਪੁੱਤ ਮੇਰੀ ਗੱਲ ਸੁਣਾ, ਫਿਰ ਇਕੱਠੇ 2 ਦਿੱਤੇ ਰੱਬ ਨੇ। ਤੇ ਫਿਰ ਬੀਬੀ ਇਹਦਾ ਕੀ ਕਸੂਰ ਸੀ? ਇਹ ਤਾਂ ਸਮਾਂ ਦੀ ਤੁਹਾਡੇ ਘਰ ਦੀ ਅਣਸ ਲੈ ਕੇ ਆਇਆ, ਜੇ ਤੁਹਾਡੇ ਘਰ ਚ ਨੇ ਪੈਰ ਰੱਖਿਆ ਤਾਂ ਤੁਹਾਡੀ ਦੇਲੀ ਵਧੀ। ਪੁੱਤ ਦੇਲੀ ਤਾਂ ਵਧੀ, ਮੈਂ ਆਪਦੇ ਪੁੱਤਾਂ ਕੰਨੀ ਸੋਚਦੀ ਆ, ਤੁਹਾਡਾ ਵੀ ਮੈਨੂੰ ਫਿਕਰ ਆ, ਨਾਲੇ ਜਿਹੜੀ 10 ਕਿੱਲੇ ਜ਼ਮੀਨ ਆ ਨਾ ਆਪਣੀ, ਤੇ ਉਹ ਫਿਰ 3 ਹਿੱਸਿਆਂ ਚ ਵੰਡੀ ਜਾਊਗੀ, ਹੁਣ ਤੂੰ ਆਪ ਹੀ ਹਿਸਾਬ ਲਾ ਲਾ, ਹੁਣ ਤੁਹਾਨੂੰ 5-5 ਕਿੱਲੇ ਆਉਣਗੇ ਦੋਨੇ ਭਾਈਆਂ ਨੂੰ ਇਹਨਾਂ ਨੂੰ। ਚੱਲ ਬੇਬੇ, ਮੈਂ ਤਾਂ ਕੀ ਲੈਣਾ, ਮੈਂ ਤਾਂ ਕਹਿੰਦੀ ਸੀ ਉਹਨੂੰ ਬੁਖਾਰ ਜਿਹਾ ਚੜਿਆ ਹੋਇਆ ਸੀ, ਵੀ ਚੱਲ ਜੇ ਡੰਗਰ ਵੰਡਦਾ ਤਾਂ ਕਿੱਡੀ ਕੁ ਗੱਲ ਸੀ, ਮਾੜਾ ਮੋਟਾ ਰਲ ਮਿਲ ਕੇ ਕੰਮ ਕਰ ਲਿਆ ਕਰਨ, ਚੱਲ ਇੱਕ ਵਾਰ ਬੰਦੇ ਦੀ ਸਿਹਤ ਨਹੀਂ ਠੀਕ ਹੁੰਦੀ ਗੀ। ਚੱਲ ਕੋਈ ਨਾ, ਐਵੇਂ ਨਾ ਬਾਹਲਾ ਫਿਕਰ ਕਰਿਆ ਕਰਨ ਵਾਲੇ ਉਹਨਾਂ ਦਾ ਤੂੰ, ਠੀਕ ਆ, ਹੁਣ ਤਾਂ ਤੈਨੂੰ ਸਾਰੀਆਂ ਗੱਲਾਂ ਦਾ ਪਤਾ ਲੱਗ ਗਿਆ, ਨਾਲੇ ਤਾਂ ਹੀ ਤਾਂ ਮੈਂ ਉਹਦਾ ਵਿਆਹ ਨਹੀਂ ਕੀਤਾ, ਮੈਂ ਆਪਦੇ ਪੁੱਤ ਦਾ ਵਿਆਹ ਕੀਤਾ ਗਾ।
ਨਾਲੇ ਜੇ ਤੈਨੂੰ ਕੰਮ ਕੁੰਮ ਦਾ ਔਖਾ ਗਾ ਕੋਈ ਨਾ ਕੰਮ ਵਾਲੀ ਲਾ ਲਾਂਗੇ, ਤੂੰ ਰਾਣੀ ਬਣ ਕੇ ਰਹਿਆ ਕਰ ਪੁੱਤ। ਫਿਰ ਲਾ ਲਓ ਬੇਬੇ, ਸਿਆਲ ਦਾ ਮਹੀਨਾ ਮੈਂ ਇੱਥੇ ਵੀ ਝਾੜੂ ਨਹੀਂ ਨਿਕਲਦਾ। ਆਹੋ ਹੁਣ ਨਾਲੇ ਮੈਂ ਜਿਹੜੀ ਗੱਲ ਕਹਿਤੀ ਉਹਦੀ ਹਮਦਰਦੀ ਕਰਨ ਦੀ ਕੋਈ ਲੋੜ ਨਹੀਂ, ਨਾਲੇ ਉਹ ਤਾਂ ਕੰਮ ਦੇ ਲੈ ਕੀ ਆ, ਕੰਮ ਵਾਸਤੇ ਰੱਖਿਆ ਹੋਇਆ ਉਹ। ਕੋਈ ਨਾ ਬੇਬੇ, ਜਿਵੇਂ ਤੂੰ ਕਹੇਂਗੀ ਤੇਰੀ ਤਾਂ ਮੰਨਣੀ ਪਊਗੀ। ਮੈਂ ਸੋਥੋਂ ਬਾਹਰ ਹੋ ਕੇ ਮੈਂ ਵੀ ਵਿਚਾਰੇ ਦਾ ਕੀ ਕਰ ਸਕਦੀ ਹਾਂ ਉਹਨਾਂ ਦਾ। ਮੈਂ ਨਾਲੇ ਮਹੀਨਾ ਹੋਇਆ ਲੈ ਪਿੰਡੋਂ ਗਏ ਨੂੰ, ਐਂ ਲੱਗਦਾ ਮਹੀਨੇ ਵੀ ਸਾਲਾਂ ਵਾਂਗੂ ਗੁਜ਼ਰੇ ਆ। ਮੈਂ ਲੱਗਦਾ ਜੀ ਨਹੀਂ ਲੱਗਦਾ ਯਾਰ ਪਿੰਡ ਬਿਨਾ। ਬੇਬੇ ਸਤਿ ਸ਼੍ਰੀ ਅਕਾਲ। ਬੇਬੇ ਸਤਿ ਸ਼੍ਰੀ ਅਕਾਲ ਪੁੱਤ, ਹੋਰ ਠੀਕ ਆ? ਹਾਂ ਹਾਂ ਠੀਕ ਆ ਪੁੱਤ, ਤੂੰ ਦੱਸ ਪੁੱਤ ਠੀਕ ਠਾਕ ਆ? ਹਾਂ ਹਾਂ ਵਧੀਆ, ਮਤਲਬ ਤੂੰ ਦੱਸ। ਹਾਂ ਪੁੱਤ ਠੀਕ ਆ, ਤੇ ਪੜ੍ਹਾਈ ਚੰਗੀ ਚੱਲੀ ਜਾਂਦੀ ਆ ਤੇਰੀ? ਪੜ੍ਹਾਈ ਤਾਂ ਚੰਗੀ ਚੱਲੀ ਜਾਂਦੀ ਆ, ਭਾਵੇਂ ਛੁੱਟੀਆਂ 3 ਕਿਨਾਂ ਦਿੱਤੀਆਂ ਵਾ, ਚੱਲ ਜਾ ਆਈਏ ਪਿੰਡ। ਚੱਲ ਪੁੱਤ ਬਥੇਰੀਆਂ ਨੇ, ਫਿਰ ਪੜ੍ਹਾਈ ਵੀ ਖਰਾਬ ਹੁੰਦੀ ਆ। ਹੋਰ ਇੱਕ ਮਿੰਟ ਦਾ ਕਰਕੇ ਕਰਤੀਆਂ ਹੋਣਗੀਆਂ। ਇੱਕ ਐ ਨਾ ਮੈਨੂੰ ਐ ਠੰਡ ਆ ਗਈ ਵੀ ਉੱਥੇ ਹੀ ਰਹਾ ਵਧੀਆ ਸੀਗਾ, ਪਰ ਮੈਂ ਚੱਲ ਬਸਤੀ ਜਾਣਾਗਾ, ਕਿਹੜਾ ਪਤਾ ਲੱਗਦਾ ਠੰਡ ਦਾ। ਚੱਲ ਕੋਈ ਨਾ ਪੁੱਤ, ਆ ਠੰਡ ਜੀ ਹਈ ਵਾਲੀ ਆ, ਬਸ 1 ਮਹੀਨੇ ਕ ਦੀ ਆ ਹੁਣ ਤਾਂ ਇਹ, ਫਿਰ ਤਾਂ ਦਿਨ ਨਿੱਗੇ ਹੋ ਜਾਣਗੇ। ਪੁੱਤ ਚਾਹ ਚੂ ਬਣਵਾ ਮੈਂ ਕਹਾਂ ਉਹਨੂੰ, ਮੈਂ ਚੰਨੀ ਚੁੰਨੀ ਵਰਗੇ ਦਿਖਦੀ ਨੀ ਬੇਬੇ, ਇੱਥੇ ਫਿਰਦਾ ਹੋਊਗਾ ਪੁੱਤ ਚੰਨੀ ਤਾਂ। ਅੱਛਾ ਤੇ ਹੋਰ? ਹੋਰ ਠੀਕ ਆ ਪੁੱਤ। ਵੱਡਾ ਬਾਈ ਠੀਕ ਰਹਿੰਦਾ? ਹਾਂ ਹਾਂ ਠੀਕ ਆ ਪੁੱਤ। ਬੇਬੇ ਪੁੱਤ ਉਹ ਤੋਂ ਕੀ ਲੈਣਾਗਾ ਤੇ, ਪਹਿਲੇ ਮੇਰੀ ਤੜਕੀ ਲੜਾਈ ਹੋ ਕੇ ਹਟੀ ਆ। ਕੀ ਕਹਿੰਦਾ ਜੀ? ਲੱਤਾਂ ਤਾਣੀ ਮੌਜ ਨਾ ਪਿਆ ਸੀ ਤੇ ਮਸਾ ਠਾਇਆ ਉਹਨੂੰ ਮੈਂ, ਅੱਕੇ ਮੈਨੂੰ ਬੁਖਾਰ ਹੋ ਗਿਆ। ਉਹ ਆ ਹੋਊਗਾ ਬੇਬੇ, ਐਵੇਂ ਨਾ ਹੋ ਕਰੀ ਜਾਇਆ ਕਰ, ਚੱਲ ਕੋਈ ਨਾ ਕੀ ਹੋਇਆ ਦੱਸ। ਬੇ ਪੁੱਤ ਸੋਨੂੰ ਕਿਸੇ ਗੱਲ ਦਾ ਪਤਾ ਨਹੀਂ, ਪਹਿਲਾਂ ਅਮਨ ਨੂੰ ਵੀ ਨਹੀਂ ਪਤਾ ਸੀ, ਉਹਨੂੰ ਦੱਸੀਆਂ ਨੇ ਸਾਰੀਆਂ ਗੱਲਾਂ। ਪੁੱਤ ਸਕਾ ਭਰਾ ਨਹੀਂ ਹੈਗਾ ਉਹ ਤੁਹਾਡਾ। ਕਿਉਂ ਬੇਬੇ? ਆਹੋ ਉਹ ਬੁਖਾਰ, ਬੁਖਾਰ ਉਹਨੂੰ ਕਿਹੜਾ ਹੋਇਆ ਹੋਣਾ ਬੇਬੇ, ਨਾਲੇ ਕਮਲੇ ਬੰਦੇ ਨੂੰ ਕਿਹੜਾ ਬੁਖਾਰ ਚੜਦੇ ਹੁੰਦੇ ਆ, ਐਵੇਂ ਚਾਂਬਲਿਆ ਫਿਰਦਾ ਬੇਬੇ, ਮਸਤਿਆ ਫਿਰਦਾ, ਵਿਹਲਾ ਖਾ ਪੀ ਕੇ ਝੋਟੇ ਵਰਗਾ ਦਾ ਪਿਆਗਾ, ਉਹਨੂੰ ਬੁਖਾਰ ਕਿੱਥੇ ਨੇੜੇ ਲੱਗਦਾ। ਆਹੋ ਪੁੱਤ ਉਹੀ ਮਸਤਿਆ ਰਹਿੰਦਾ, ਆਨੇ ਬਹਾਨੇ ਲਾਉਂਦਾ ਰਹਿੰਦਾ ਵੀ ਮੈਨੂੰ ਕੰਮ ਨਾ ਕਰਨਾ ਪਵੇ, ਤੇ ਚੰਨੀ ਦਾ ਸਰੀਕਾ ਕਰੂਗਾ ਲੈ, ਕਹਿ ਦੂਗਾ ਕਿ ਚੰਨੀ ਨੂੰ ਕਹਿ ਦੇ ਲੈ। ਕਿਉਂ ਚੰਨੀ ਕਿਉਂ ਕੰਮ ਕਰੂਗਾ, ਚੰਨੀ ਨੇ ਤਾਂ ਵਿਹਲਾ ਰਹਿਣਾ, ਚੰਨੀ ਐਵੇਂ ਕੰਮ ਕਰੂਗਾ। ਮੈਨੂੰ ਤਾਂ ਪੁੱਤ ਗੁੱਸਾ ਆ ਜਾਂਦਾ, ਪਹਿਲਾਂ ਤਾਂ ਮੈਨੂੰ ਉਹਦਾ ਮੋਹ ਜਾ ਆਉਂਦਾ ਸੀ, ਅੱਜ ਜਿੱਦਣ ਦੇ ਪੁੱਤ ਤੁਸੀਂ ਹੋ ਗਏ ਨਾ, ਹੁਣ ਤਾਂ ਮੈਨੂੰ ਤੁਹਾਡਾ ਹੀ ਮੋਹ ਆਉਂਦਾ ਵੀ ਮੇਰੇ ਆਪਦੇ ਜੰਮੇ ਹੋਏ ਨੇ ਇਹ। ਤੇ ਉਹ ਕੀ ਪਤਾ ਕਿਹਦਾ ਹੋਵੇ ਵੀ ਐਵੇਂ ਪੌਦਾ ਉਹ ਕਰੀ ਜਾਈਏ, ਉਹਦਾ ਚੱਲ ਇੱਕ ਹੁਣ ਰੱਖਣਾ ਪਊਗਾ ਘਰੇ, ਨਹੀਂ ਤਾਂ ਟੰਬਾ ਮਰਾਂ ਹੱਥਾਂ ਨੂੰ ਕੱਢਦਾ ਉਹਨੂੰ ਘਰੋਂ। ਹੋਰ ਪੁੱਤ ਨਾਲੇ ਜਿਹੜੀ ਆਪਣੀ ਜ਼ਮੀਨ ਜਮੂਨ ਆ ਉਹੀ ਗੱਲ, ਮੈਂ ਤਾਂ ਚਾਹੁੰਦੀ ਆ ਮੇਰੇ ਦੋਨੇ ਪੁੱਤਾਂ ਦੇ ਨਾਂ ਲੱਗੇ ਉਹ। ਕੋਈ ਨਾ ਬੇਬੇ ਆ ਜਾਣ ਦੇ ਉਹਨੂੰ, ਉਹਦੀ ਮੈਂ ਲਾਉਣਾ ਕਲਾਸ ਅੱਜ, ਮੈਂ ਦੱਸਦਾ ਉਹਨੂੰ ਕਿਵੇਂ ਕਰੀ ਦੀ ਹੁੰਦੀ ਆ ਲੀਡਰੀ, ਵੱਡਾ ਚੌਧਰੀ ਬਣਿਆ ਫਿਰਦਾ। ਆਹੋ ਪੁੱਤ ਰੋਬ ਰੱਖਿਆ ਕਰੋ ਨਾਲੇ ਇਹਦੇ, ਨਾਲੇ ਉਹ ਮਾਰਿਆ ਕਰ ਟੰਬੇ ਬੇਬੇ, ਤੜਕੇ ਉੱਠਦੇ ਦੇ ਕੰਮ ਦਾ ਕੀ ਨਹੀਂ ਕਰਦਾ ਉਹ। ਬੇ ਮੈਂ ਤਾਂ ਪੁੱਤ ਬਥੇਰਾ ਲੜਦੀ ਆ, ਮੈਂ ਤਾਂ ਵੱਡ ਖਾਣ ਵਾਲਿਆਂ ਵਾਂਗੂ ਪੈਣੀ ਆ ਉਹਨੂੰ, ਮੈਨੂੰ ਤਾਂ ਪਤਾ ਗਾ ਵੀ ਮੇਰੇ ਆਪਦੇ ਪੁੱਤ 2 ਨੇ ਤੇ ਉਹ ਬਗਾਨਾ ਗਾ। ਬਸ ਦੱਬ ਕੇ ਕੰਮ ਕਰਾਇਆ ਕਰ ਬੇਬੇ, ਚੱਲ ਜਾ ਚਾਹ ਚੂ ਬਣਵਾ ਲਿਆ ਹੁਣ ਤੋਂ। ਆਹੋ ਪੁੱਤ ਆ ਮਾਰ ਦੇ ਬਾਜ ਤੇਰੀ ਭਾਬੀ ਨੂੰ, ਉਹਨੂੰ ਮੈਂ ਕਹਿ ਕੇ ਦਾ ਸੀ, ਮਤਲਬ ਉਹਨੂੰ ਪਤਾ ਹੀ ਨਹੀਂ ਲੱਗਿਆ। ਨੀ ਅਮਨ ਨੀ ਮੁੰਡੇ ਨੂੰ ਚਾਹ ਲਿਆ ਦੇ ਕੁੱਟ, ਲੈ ਕੇ ਆਉਣੀ ਆ ਮੰਮੀ। ਆਹੋ ਬਾਹਰੋਂ ਆਇਆ ਠੰਡ ਚੋਂ ਜਵਾਕ, ਪਤਾ ਹੀ ਇਹਨੂੰ ਕਹਿ ਕੇ ਤਾਂ ਕੋਲੇ ਨਾਲ ਬੁਲਾ ਕੇ ਆਇਆ ਹੁਣ। ਨਾਲੇ ਪੁੱਤ ਪਾਣੀ ਗਰਮ ਕਰਾ ਦੇਣੀ ਆ ਨਾ ਅਨੂਲੀ ਤੂੰ ਹੈ ਨਾ, ਨਾ ਕੇ ਤਾਂ ਆਹੀ ਬੇਬੇ ਮੈਂ। ਅੱਛਾ ਆ ਪਰੌਂਠੇ ਪਰੌਂਠੇ ਬਣਾਏ ਤੂੰ, ਗੋਭੀ ਗੋਭੀ ਵਾਲੇ? ਕੋਈ ਨਾ ਪੁੱਤ ਕਹੀ ਨਹੀਂ ਆ, ਮੈਂ ਬਣਾ ਕੇ ਦੇਊਗੀ ਪੁੱਤ ਆਪੀ ਇਹ। ਵਾ ਠੀਕ ਆ, ਚੱਲ ਮੈਂ ਪੈ ਲਾਉਨੇ ਬੇਬੇ ਘੰਟਾ। ਆਹੋ ਕੋਈ ਨਾ ਪੁੱਤ ਠੀਕ ਆ, ਤੂੰ ਭੇਜ ਦੀ ਚਾਹ ਮੇਰੇ ਕਮਰੇ ਚ। ਕੋਈ ਨਾ ਪੁੱਤ ਮੈਂ ਤਾਂ ਆ ਜਾਊਗੀ ਪੁੱਤ ਲੈ ਕੇ ਚਾਹ ਹੂੰ। ਆ ਫੜਾ ਦੇ ਪੁੱਤ ਅੰਦਰ ਹੀ ਫੜਾ ਦੇ ਉਹਨੂੰ ਚਾਹ। ਚਾਚੀ ਕਰੀਆਂ? ਆਹੋ ਪੁੱਤ ਲੰਗਾ ਲੰਗਾ ਕਰੀਆਂ। ਸਤਿ ਸ਼੍ਰੀ ਅਕਾਲ ਚਾਚੀ।
ਸਤਿ ਸ੍ਰੀ ਅਕਾਲ ਭਾਈ, ਹੋਰ ਕਿਵੇਂ ਆ? ਠੀਕ ਆ ਚਾਚੀ, ਵਧੀਆ। ਹੋਰ ਠੀਕ ਹੋ ਤੁਸੀਂ? ਹਾਂ ਹਾਂ ਠੀਕ ਆ। ਕਿਵੇਂ, ਕਿਹੜੇ ਬਾਰੇ ਭਾਈ? ਮੈਂ ਚਾਚੀ ਕੰਮ ਜੇ ਬਾਰੇ ਪੁੱਛਣ ਆਈ ਸੀਗੀ। ਕੰਮ ਜੇ ਬਾਰੇ? ਹਾਂਜੀ, ਕੰਮ ਤੇ ਲੱਗਣਾ ਸੀ ਚਾਚੀ, ਮੈਨੂੰ ਉਹਨੇ ਤਾਈ ਸ਼ਿੰਦੋ ਨੇ ਭੇਜਿਆ ਸੀਗਾ। ਅੱਛਾ ਅੱਛਾ ਠੀਕ ਆ, ਕੋਈ ਨਾ ਪੁੱਤ, ਕੰਮ ਤੇ ਤਾਂ ਅਸੀਂ ਵੀ ਕਹਿੰਦੇ ਸੀ ਲਵਾਉਣ ਨੂੰ। ਚੱਲ ਵਧੀਆ ਹੋ ਗਿਆ ਤੂੰ ਆ ਗਈ, ਮੈਂ ਸੁਨੇਹਾ ਲਾਇਆ ਸੀ ਉਹਨੂੰ। ਹਾਂਜੀ ਚਾਚੀ, ਮੈਨੂੰ ਲੋੜ ਸੀ ਕੰਮ ਦੀ ਜੀ, ਮੈਂ ਕਿਹਾ ਚੱਲ ਚਾਚੀ ਨੂੰ ਪੁੱਛ ਕੇ ਆਉਂਦੀ ਹਾਂ। ਕੋਈ ਨਾ ਪੁੱਤ, ਜੇ ਤਾਂ ਤੂੰ ਅੱਜ ਵਿਹਲੀ ਆ, ਦੇਖ ਅੱਜ ਹੀ ਲੱਗ ਜਾ ਕੰਮ ਤੇ। ਪਰ ਪਹਿਲਾਂ ਮੈਨੂੰ ਤੂੰ ਐਂ ਦੱਸ, ਕਿੰਨੇ ਪੈਸੇ ਲਵੇਂਗੀ? ਐਂ ਦੱਸ ਦੇ ਚਾਚੀ, ਕੀ ਕੰਮ ਆ? ਆ ਕੱਪੜੇ ਹੁੰਦੇ ਨੇ ਇੱਕ ਤਾਂ ਸਾਡੇ, ਤੇ ਝਾੜੂ ਪੋਚਾ ਹੁੰਦਾ ਗਾ। ਠੀਕ ਹੈ ਚਾਚੀ, ਸਾਡੇ ਕੰਮ ਦੋ ਹੀ ਨੇ, ਰਸੋਈ ਦਾ ਤਾਂ ਬਹੂ ਆਪ ਹੀ ਕਰ ਲੈਂਦੀ ਹੈ। ਅੱਛਾ ਚਾਚੀ, ਫਿਰ ਚਾਚੀ 3000 ਰੁਪਏ ਦੇ ਦਿਓ। ਨਾ ਭਾਈ, ਤੇ 3 ਤਾਂ ਬਹੁਤ ਹੈਗਾ, ਬਾਹਲਾ ਗਾ ਤਾਂ। ਮੈਂ ਤਾਂ 1000 ਰੁਪਇਆ ਦੇਊਂਗੀ, 2 ਤਾਂ ਕੰਮ ਨੇ। ਫਿਰ ਚਾਚੀ ਇਹ ਤਾਂ ਬਹੁਤ ਘੱਟ ਨੇ। ਚੱਲ ਐਂ ਕਰ, ਜੇ ਤੂੰ ਬਾਹਲਾ ਕਰਦੇ ਤੈਨੂੰ 1200 ਰੁਪਇਆ ਕਰ ਦੂੰ ਮੈਂ, ਫਿਰ ਵਧਾ ਦੂੰ ਕੋਈ ਨਾ ਹੌਲੀ ਹੌਲੀ। ਚੱਲ ਠੀਕ ਆ ਚਾਚੀ, ਕੋਈ ਗੱਲ। ਹਾਂ ਹਾਂਜੀ, ਚੱਲ ਮੈਂ ਅਮਨ ਉਰੇ ਆ ਪੁੱਤ, ਕੰਮ ਤੇ ਫਿਰ ਚਾਚੀ ਮੈਂ ਅੱਜ ਹੀ ਲੱਗ ਜਾਂਦੀ ਹਾਂ। ਹਾਂ ਪੁੱਤ, ਤੂੰ ਕਰ ਲੈ ਭਾਈ ਕੰਮ, ਅੱਜ ਜੇ ਵਿਹਲੀ ਆ ਤਾਂ ਹੁਣ ਆਈ ਹੋਈ ਆ ਕੰਮ ਤੇ। ਆ ਪਾ ਇਹਨੂੰ ਰੱਖ ਲਿਆ, ਪ੍ਰੀਤੀ ਨੂੰ। ਅੱਛਾ, ਇਹ ਉਰੇ ਆ? ਹਾਂ ਹਾਂ ਪੁੱਤ, ਆਪਣੇ ਅਸੀਂ ਗੱਲ ਦੀ ਇਹ ਆ ਗਈ ਸਾਡੀ ਬਹੂ, ਤੇ ਜੇ ਕੋਈ ਕੰਮ ਕੰਮ ਪੁੱਛਣਾ ਹੁੰਦਾਗਾ ਇਹਨੂੰ ਅਮਨ ਨੂੰ ਬਾਜ ਮਾਰ ਦਿਆ ਕਰ। ਠੀਕ ਹੈ ਚਾਚੀ, ਕਈ ਵਾਰ ਅੰਦਰ ਕੰਮ ਕੰਮ ਲੱਗ ਰਹੀ ਹੁੰਦੀ ਹੈ। ਕੱਪੜੇ ਧਵਾ ਲੈਣੇ ਆ, ਕੱਪੜੇ ਧਵਾ ਕੇ ਤਾਂ ਝਾੜੂ ਪੋਚਾ ਤੇ ਮੈਂ ਕਰ ਲਿਆ ਸੀ, ਕੱਲ ਤੇ ਝਾੜੂ ਪੋਚਾ ਕਰ ਜਿਆ ਕਰਨਗੇ। ਆਹੋ ਪੁੱਤ, ਕੋਈ ਲੀੜਾ ਕੱਪੜਾ ਧਵਾਉਣ ਵਾਲਾ ਹੋਣਾ, ਫੜਾ ਦੇ ਤੇ ਧੋ ਦੂੰਗੀ। ਸਾਰੇ ਇਕੱਠੇ ਕਰਕੇ ਮਸ਼ੀਨ ਚ ਪਾਇਆ ਈ, ਤੁਸੀਂ ਨਾ ਚਲਦੀ ਦੀ ਠੀਕ। ਹਾਂਜੀ ਮੈਂ ਧੋ ਦਿੰਨੀ। ਤੇ ਮੈਂ ਤਾਂ ਚਾਹ ਰੱਖੀ ਹੈਗੀ ਮੰਮੀ ਚੁੱਲ੍ਹੇ ਤੇ। ਕੋਈ ਨਾ ਪੁੱਤ, ਚਾਹ ਰੱਖੀ ਆ, ਨਾਲੇ ਘੁੱਟੇ ਇਹਨੂੰ ਦੇ ਦੀ, ਤੇ ਨਾਲੇ ਹੁਣ ਦੇਖ ਤੂੰ ਆ ਕੰਮ ਤੇ ਲਾਤੀ ਆਪਾਂ, ਹੁਣ ਨਾ ਐਵੇਂ ਚੰਨੀ ਨਾਲ ਲੜਿਆ ਕਰ, ਮੈਂ ਤੇਰਾ ਕਰਕੇ ਲਾਈ ਆ ਵੀ ਤੂੰ ਸੌਖੀ ਰਹੇਗੀ। ਕੋਈ ਨਾ ਨਹੀਂ ਲੜਦੀ ਮੰਮੀ ਮੈਂ, ਚਲ ਮੈਂ ਚਾਹ ਦੇਖ ਲਾਂ। ਆਹੋ ਪੁੱਤ ਦੇਖ ਲਾ, ਕਿਤੇ ਉੱਬ ਕੇ ਚੁੱਲ੍ਹੇ ਚ ਪੈ ਜੇ ਉੱਬਲ ਕੇ। ਲਿਆ ਲਿਓ ਵੀਰ ਜੀ, ਮੈਂ ਮਾਰ ਦਿੰਨੀ ਆ ਝਾੜੂ, ਤੁਸੀਂ ਰਹਿਣ ਲਓ। ਨਾ ਭਾਈ ਕੋਈ ਗੱਲ ਨਹੀਂ, ਝਾੜੂ ਤਾਂ ਮੇਰਾ ਕੰਮ ਹੀ ਆ, ਮੈਂ ਮਾਰੂ। ਨਹੀਂ ਨਹੀਂ ਵੀਰ ਜੀ, ਲਿਆ ਮੈਨੂੰ ਫੜਾਓ, ਮੈਂ ਕਰਦੀ ਆ ਕੰਮ। ਨਹੀਂ ਭਾਈ ਇਹ ਮੇਰਾ ਕੰਮ ਆਗਾ। ਨਹੀਂ ਵੀਰ ਜੀ, ਮੈਂ ਕੰਮ ਤੇ ਲੱਗੀ ਆ ਜੀ। ਉਹ ਭਾਈ ਕੰਮ ਤੇ ਲੱਗੇ ਆ, ਤੁਹਾਨੂੰ ਉਹ ਦੂਜੇ ਕੰਮ ਵਾਸਤੇ ਰੱਖਿਆ ਉਹਨਾਂ ਨੇ, ਜੇ ਤੁਸੀਂ ਇੱਧਰ ਦੇਖ ਰਹੇ ਨਾ ਤੇ ਤੈਨੂੰ ਕੰਮ ਤੋਂ ਹਟਾ ਦੇਣਗੇ। ਨਹੀਂ ਵੀਰ ਜੀ, ਮੈਂ ਸਾਰੇ ਕੰਮ ਦੀ ਗੱਲ ਕੀਤੀ ਆ, ਮੈਂ ਆਪੇ ਕਰ ਦੂੰਗੀ, ਤੁਸੀਂ ਨਾ ਕਰੋ। ਉਹ ਭਾਈ ਕੰਮ ਦੀ ਗੱਲ ਨਾ, ਤੁਹਾਨੂੰ ਜਿਹੜਾ ਝਾੜੂ ਪੋਚਾ ਆ ਕੱਪੜੇ ਲੀੜੇ ਤੋਂ ਇਹ ਕੰਮ ਕਰ ਲਿਆ ਕਰੋ, ਜੇ ਤੁਹਾਨੂੰ ਇੱਧਰ ਦੇਖ ਰਿਹਾ ਨਾ ਇਹ ਹਟਾ ਕੇ ਪਰੇ ਮਾਰਨੇ, ਨਾਲ ਤਾਂ 4 ਗਾਲਾਂ ਤੇਰੇ ਪੈਣਗੇ ਨਾਲੇ ਮੇਰੇ ਪੈਣਗੇ, ਤੈਨੂੰ ਇਹਨਾਂ ਪਤਾ ਨਹੀਂਗਾ, ਤੈਨੂੰ ਮਸਾ ਕੰਮ ਮਿਲਿਆ ਤਾਂ ਕੰਮ ਕਰ ਲੈ। ਵੀਰ ਜੀ ਤੁਸੀਂ ਵੀ ਤਾਂ ਇਸ ਘਰ ਦੇ ਮੈਂਬਰ ਹੋ, ਤੁਸੀਂ ਕਿਉਂ ਕੰਮ ਕਰਦੇ ਹੋ? ਛੋਟੇ ਭਾਅ ਦੀ ਮੈਂ ਮੈਂਬਰ ਆ, ਇਹਨਾਂ ਦੇ ਭਾਅ ਦੀ ਮੈਂਬਰ ਨਹੀਂ, ਜੇ ਇਹਨਾਂ ਦੇ ਭਾਅ ਦੀ ਮੈਂਬਰ ਹੁੰਦਾ ਫਿਰ ਮੈਂ ਇੱਥੇ ਕਰਾਉਂਦੇ ਕਿਉਂ? ਮੇਰੀ ਤਾਂ ਜ਼ਿੰਦਗੀ ਇਹੋ ਜਿਹੀ ਹੈ ਬਸ, ਕੋਈ ਗੱਲ ਨਹੀਂ, ਤੁਸੀਂ ਆਪਦਾ ਕੰਮ ਕਰ ਲਿਆ ਕਰੋ, ਇਹਦੇ ਤੁਹਾਨੂੰ ਦੇਖ ਰਿਹਾ ਨਾ, ਇੱਥੇ ਖੜੇ ਨੂੰ ਵੀ ਦੇਖ ਰਿਹਾ, ਤਾਂ ਵੀ ਤੇਰੇ ਗਾਣਾ ਪੈ ਜਾਣਗੇ, ਬੰਦੇ ਇਹੋ ਜਿਹੇ ਇਹੋ, ਤੂੰ ਵਗ ਜਾ। ਠੀਕ ਹੈ ਜੀ। ਹਾੜੇ ਹੋਰ, ਤੂੰ ਮੇਰੇ ਖਾਤਰ ਆਦੀ ਜ਼ਿੰਦਗੀ ਕਿਉਂ ਖਰਾਬ ਕਰਦੀ ਆ? ਇਹ ਤਾਂ ਤੂੰ ਹੀ ਆ ਜਿਹੜਾ ਤਰਸ ਕਰ ਲਈ, ਇਹ ਨਹੀਂ ਕਰਦੇ ਖੁਦ ਤੇ, ਇਹ ਤਾਂ ਮੈਨੂੰ ਹੀ ਕਰਨਾ ਪਊਗਾ, ਕਹਿੰਦੇ ਜਿਹਦੇ ਕਰਮਾਂ 'ਚ ਹੋਵੇ ਟਾਈਮ ਪਾਸ ਆ ਬਸ ਕਰ ਲੈਂਦੇ, ਹੋਰ ਕੀ ਹੈ। ਨਹੀਂ ਐਸੇ ਮਿਲ ਗਈ, ਇਹਨੂੰ ਮਿਲ ਗਈ ਮੇਰੇ ਪਿਓ ਹੁੰਦੇ, ਹੁਣ ਕਾਹਦੇ ਐਸੇ ਮਿਲਣੀ ਆ, ਉਹ ਜਮ੍ਹਾਂ ਨਹੀਂ ਕਰ ਦਿੰਦਾ ਸਾਰਾ ਕੰਮ। ਨਾ ਪੁੱਤ ਮੈਂ ਕਰਦਾਗਾ, ਮੇਰਾ ਪਿਓ ਸਾਰਾ ਕਰ ਲੈਂਦਾ ਸੀਗਾ, ਪਿਓ ਤੋਂ ਬਾਅਦ ਤਾਂ ਜ਼ਿੰਦਗੀ ਮੇਰੀ ਔਖੀ ਹੋ ਗਈ। ਲੈ ਸੋਨੂੰ ਵੀ ਅੰਦਰ ਹੀ ਬੰਨਣਾ, ਠੰਡ ਆ, ਅਸੀਂ ਬਾਹਰ ਕਢਾਤਾ, ਬਿਮਾਰ ਜਾਊਂਗੀ ਉਹ, ਪਾਣੀ ਪਿਆ ਕੇ ਨਾ ਅੰਦਰ ਹੀ ਕਰ ਦਿੰਦਾਗਾ। ਦੇਖੀ ਗਿਆ ਸਭ ਕੰਮ ਹੋ ਗਿਆ, ਅੱਖਾਂ ਦੀ ਗੋਲੀ ਦਵਾ ਤੇ ਬੁਖਾਰ ਵਾਲੀ ਹਜੇ ਵੀ ਹੈਗਾ ਗਾ, ਚੇਤਾ ਠੀਕ ਹੀ ਨਹੀਂ ਹੋਏ ਜਾਂਦੇ, ਆਏ ਵੋਏ ਗੋਡੇ 'ਤੇ ਕੀ ਭਾਰ ਆਉਂਦਾ ਵਾ, ਅੱਖਾਂ ਗੋਲਾਂ ਲਿਆ ਦੇ ਦਿਓ।
ਆਂਟੀ ਆਂਟੀ ਜੀ ਕੌਣ ਆ ਭਾਈ? ਸਤਿ ਸ਼੍ਰੀ ਅਕਾਲ ਆਂਟੀ। ਸਤਿ ਸ਼੍ਰੀ ਅਕਾਲ ਭਾਈ, ਸਤਿ ਸ਼੍ਰੀ ਅਕਾਲ। ਕੌਣ ਆ ਪੁੱਤ? ਮੈਂ ਤਾਂ ਜਾਣਦੀ ਨੀ ਤੈਨੂੰ। ਆਂਟੀ ਰਵੀ ਦਾ ਘਰ ਇਹੀ ਆ? ਹਾਂ ਰਵੀ ਦਾ ਘਰ ਇਹੀ ਆ, ਮੈਂ ਰਵੀ ਦੀ ਮਾਂ ਗੀ। ਠੀਕ ਆ, ਅਸੀਂ ਨਾ ਦੋਨੇ ਕਲਾਸਮੇਟ ਆ, ਮੈਂ ਰਵੀ ਨੂੰ ਮਿਲਣ ਆਈ ਸੀਗੀ। ਮੈਂਟ? ਉਹ ਕੀ ਪੁੱਤ ਮੈਂਟ? ਬੇਬੇ ਉਹ ਮੇਰੇ ਨਾਲ ਪੜਦਾ ਏ। ਅੱਛਾ ਪੁੱਤ, ਉਹਦੇ ਨਾਲ ਪੜਦੀ ਆ ਤੂੰ? ਹਾਂਜੀ। ਆ ਜਾ ਪੁੱਤ, ਆ ਜਾ ਬਹਿ ਜਾ। ਲੈ ਮੈਨੂੰ ਤਾਂ ਪੁੱਤ ਸਮਝ ਹੀ ਨਹੀਂ ਆਉਂਦੀ ਹੈਗੀ। ਆ ਜਾ ਪੁੱਤ ਬਹਿ ਜਾ, ਤੇ ਨਾਲੇ ਲੀੜਾ ਕੱਪੜਾ ਭਾਈ ਚੱਜ ਦਾ ਪਾ ਲਿਆ ਕਰੋ। ਆ ਅੱਜ ਕੱਲ ਦੀਆਂ ਕੁੜੀਆਂ ਦੀ ਤਾਂ ਟੌਰ ਖਰਾਬ ਹੁੰਦੀ ਹੈਗੀ। ਸਹੀ ਗੱਲ ਆਂਟੀ। ਆ ਦੇਖ ਲੈ ਲੈ, ਸਾਰਾ ਕੁਛ ਲਾ ਹੀ ਫਿਰਦੀ ਆ। ਮੈਂ ਤਾਂ ਕਹਿੰਦੀ ਤੂੰ ਆ ਵੀ ਨਾ ਲੈਂਦੀ। ਨਹੀਂ ਬੇਬੇ, ਇਹਦੇ ਬਿਨਾਂ ਤਾਂ ਫਿਰ ਸਰਦਾ ਨੀ, ਇਹ ਤਾਂ ਚੁੰਨੀ ਵਾਂਗੂ ਆ ਸਟੋਲ ਦਾ। ਚੰਗਾ ਮੈਨੂੰ ਐਂ ਦੱਸੋ, ਹੁਣ ਰਵੀ ਕਿੱਥੇ ਆ? ਰਵੀ ਤਾਂ ਇੱਧਰ ਗਿਆ ਹੋਊਗਾ ਬਾਹਰ ਆਪਦੇ ਦੋਸਤਾਂ ਕੋਲੇ। ਬਾਹਰ ਮੈਨੂੰ ਕਿਤੇ ਦਿਖਿਆ ਤਾਂ ਹੈ ਨੀ, ਗਲੀ ਚ ਨਹੀਂ। ਇੱਥੇ ਹੋਊਗਾ ਪੁੱਤ, ਮੈਨੂੰ ਕਿਹੜਾ ਦੱਸ ਕੇ ਗਿਆ ਉਹ, ਆਪਦੇ ਦੋਸਤਾਂ ਦੋਸਤਾਂ ਕੋਲੇ ਵਗ ਗਿਆ ਉਹ। ਹੋਰ ਚਾਹ ਚੋ ਹੁਣ ਮਾਵਾ? ਨਹੀਂ ਬਸ ਰਹਿਣ ਦੋ ਚਾਹ ਤਾਂ। ਤੇ ਨਾਲੇ ਭਾਈ ਕੁੜੀਆਂ ਕਿਵੇਂ ਮਿਲਣ ਆਈ ਸੀ ਸੱਚ ਮੇਰੇ ਪੁੱਤ ਨੂੰ ਤੂੰ? ਓਹੋ ਆਂਟੀ, ਮੈਂ ਨਾ ਤਾਂ ਆਪਦੀਆਂ ਬੁੱਕਸ ਲੈਣੀਆਂ ਸੀਗੀਆਂ, ਹੋਰ ਕੁਛ ਨੀ। ਉਹ ਕੀ ਹੁੰਦੀਆਂ ਨੇ ਬੁੱਕਸ? ਬੁੱਕਸ ਕਿਤਾਬਾਂ। ਅੱਛਾ ਕਿਤਾਬਾਂ, ਫਿਰ ਪੁੱਤ ਤੂੰ ਕਿਤਾਬਾਂ ਕਹਿ ਹੁਣ, ਮੈਨੂੰ ਪਹਿਲਾਂ ਕਿੱਥੇ ਪਤਾ ਬੁੜੀ ਨੂੰ। ਚੰਗਾ ਆਂਟੀ। ਚੱਲ ਕੋਈ ਨਾ, ਆ ਜਾਂਦੇ ਪੁੱਤ, ਉਸੇ ਨੂੰ ਪਤਾ ਹੋਊਗਾ, ਦੇ ਦੂਗਾ। ਕਦੋਂ ਕਹੂਗਾ? ਹੁਣ ਆਏ ਤਾਂ ਕੀ ਪਤਾ ਉਹਦਾ, ਫੋਨ ਕਰ ਲੈਂਦੇ, ਮੈਂ ਵੀ ਫੋਨ ਨਹੀਂ ਲੈ ਕੇ। ਅਮਨ ਪੁੱਤ ਨੀ ਅਮਨ? ਆ ਰਵੀ ਨੂੰ ਫੋਨ ਲਾ ਦੇ, ਆ ਕੁੜੀ ਆਈ ਆ ਬਾਹਰੋਂ। ਆ ਕਹਿੰਦੀ ਮੈਂ ਰਵੀ ਦੇ ਨਾਲ ਪੜ੍ਹਦੀ ਹੈਗੀ। ਜਾ ਫਿਰ ਉਹਦਾ ਬੈਗ ਬੂਗ ਦੇਖ ਲਾ, ਉਹਦੇ ਚ ਆਪਣੀਆਂ ਕਿਤਾਬਾਂ ਕਤੂਬਾਂ ਦੇਖ ਲਾ ਕਿਹੜੀਆਂ ਨੇ। ਕੋਈ ਗੱਲ ਨੀ ਆਂਟੀ, ਆ ਜਾਊਗਾ ਆਪੇ ਦੇ। ਜਾ ਗੱਲ ਕਰ ਲਾ ਉਹਨੂੰ, ਪੁੱਛ ਲਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਬੀ, ਹੋਰ ਕਿਵੇਂ ਹੋ? ਵਧੀਆ, ਤੁਸੀਂ ਦੱਸੋ ਕਿਵੇਂ ਹੋ? ਵਧੀਆ, ਠੀਕ ਠਾਕ। ਬਹਿ ਜਾਓ। ਬਸ ਬੈਠੀ, ਮੈਂ ਨਾ ਰਸੋਈ ਚ ਚਾਹ ਰੱਖੀ ਹੋਈ ਹੈਗੀ, ਤੇ ਮੈਨੂੰ ਆ ਕੇ ਤੂੰ ਉਬਲ ਨਾ ਜਾਵੇ। ਸਾਰਾ ਦਿਨ ਹੀ ਤੁਸੀਂ ਕੰਮ ਕਰਦੇ ਰਹਿੰਦੇ ਹੋ, ਤੇ ਹੋਰ ਬੇਬੇ ਤੁਸੀਂ ਨਹੀਂ ਕਰਦੇ? ਪੁੱਤ ਤੂੰ ਸਾਡੇ ਘਰ ਤੋਂ ਕੀ ਲੈਣਾ, ਮੇਰੀ ਨੂੰਹ ਹੈਗੀ ਹੈ ਕੰਮ ਕਰਨ ਵਾਸਤੇ। ਓਹੋ ਬੇਬੇ, ਉਹ ਤਾਂ ਸਾਨੂੰ ਵੈਸੇ ਪੁੱਛਦੇ ਨੇ, ਤੁਸੀਂ ਉਹਨਾਂ ਨੂੰ ਠਣਕ ਲਾ ਦਿਆ ਕਰੋ ਕਿਸੇ ਦੀ। ਨਹੀਂ ਪੁੱਤ, ਅੱਜ ਕੱਲ ਦੀਆਂ ਆਈ ਹੁੰਦੀਆਂ ਨੇ, ਜਦੋਂ ਤੂੰ ਵਿਆਹੀ ਗਈ ਨਾ ਤੇ ਤੇਰੀ ਸੱਸ ਵੀ ਆਈ ਬੈਠਿਆ ਕਰੂ ਮੰਜੇ ਤੇ, ਤੇਰੇ ਤੋਂ ਕੰਮ ਕਰਾਇਆ ਕਰੂਗੀ। ਆ ਜਿਵੇਂ ਹੁਣ ਬੈਠੀ ਨਾ ਤੂੰ ਸਕੀਨੀ ਜਲਾਈ, ਐ ਕੋਈ ਨੀ ਬੈਠਣ ਦਿੰਦੀ। ਬੇਬੇ ਮੇਰੇ ਘਰ ਦੇ ਨਾ ਦੋ ਨੌਕਰ ਨਾਲ ਹੀ ਭੇਜਣਗੇ, ਸਾਰਾ ਕੰਮ ਉਹੀ ਕਰਿਆ ਕਰਨਗੇ। ਹੋਰ ਨਾਲ ਭੇਜਣਗੇ, ਲੈ ਇਹਦੀਆਂ ਗੱਲਾਂ ਦੱਸਦੀ ਆ। ਚਾ ਕੋਈ ਨਾ ਦੀਦੀ, ਮੰਮੀ ਨੂੰ ਗੁੱਸਾ ਨਾ ਕਰੋ, ਇਹ ਤਾਂ ਸਵਾਈ ਆ ਗੱਲ ਕਰਨ ਦਾ। ਕੋਈ ਗੱਲ ਨੀ ਭਾਬੀ, ਮੈਨੂੰ ਰਵੀ ਸਾਰੀਆਂ ਗੱਲਾਂ ਦੱਸਦਾ ਹੁੰਦਾ ਏ, ਵੀ ਮੇਰੀ ਮਾਂ ਐਵੇਂ ਆ, ਮੇਰੀ ਮਾਂ ਐਵੇਂ ਆ। ਲੈ ਰਵੀ ਨੂੰ ਪਤਾ ਹੀ ਆ ਵੀ ਮੇਰੀ ਮਾਂ ਤਾਂ ਪੂਰੀ ਵਧੀਆ ਹੈਗੀ, ਨਾਲੇ ਉਹੀ ਗੱਲ ਫਿਰ ਜਿਹੜੀ ਗੱਲ ਤੇ ਟੋਕਣਾ ਹੋਵੇ ਉਹ ਤੇ ਤਾਂ ਮੈਂ ਟੋਕ ਕੇ ਰਹਿਣੀ ਆ। ਹਾਂਜੀ, ਉਹ ਤਾਂ ਮੈਂ ਦੇਖ ਹੀ ਲਿਆ। ਆ ਤੂੰ ਆਪ ਹੀ ਦੇਖ ਲੈ ਪੁੱਤ, ਦੇਖ ਲੈ ਅੱਜ ਕੱਲ ਦੀਆਂ ਕੁੜੀਆਂ ਦਾ ਹਾਲ ਦੇਖ ਲੈ ਤੂੰ ਪਹਿਲਾਂ। ਕੋਈ ਨਾ, ਨਹੀਂ ਵੀ ਠੰਡ ਲੱਗਦੀ ਅੱਜ ਕੱਲ ਦੀਆਂ, ਕਿੱਥੇ ਪਾਉਂਦੇ ਨੇ ਕੋਟੀਆਂ ਸਵਾ, ਤੇ ਤੁਹਾਨੂੰ ਜ਼ਿਆਦਾ ਠੰਡ ਲੱਗਦੀ ਆ, ਬਸ ਉਹਦੇ ਨਾਲ ਮੈਨੂੰ ਵੀ ਲਾ ਲਿਆ ਪਾਉਣ। ਪੁੱਤ ਲੀੜਾ ਕੱਪੜਾ ਪਾਇਆ ਚੰਗਾ ਰਹਿੰਦਾ, ਉਹੀ ਗੱਲ ਜੇ ਬਿਮਾਰ ਹੋ ਗਏ ਦੁੱਗਣੇ ਰੁਪਏ ਲੱਗ ਜਾਂਦੇ ਨੇ ਉੱਤੇ। ਚੱਲ ਕੋਈ ਨਾ, ਮੈਂ ਰਵੀ ਨੂੰ ਫੋਨ ਕਰਦੀ ਹਾਂ। ਚੰਗਾ ਭਾਬੀ ਕਰ ਦੋ, ਤੇ ਨਾਲ ਮੈਂ ਚਾਹ ਲੈ ਕੇ ਆਉਣੀ ਆ ਤੁਹਾਡੇ ਘਰ। ਨਹੀਂ ਚਾਹ ਤਾਂ ਰਹਿਣ ਦੋ ਬਸ। ਕਾਫੀ ਬਣਾ ਦੇਣੀ ਆ? ਨਹੀਂ ਨਹੀਂ, ਕੁਛ ਨਹੀਂ ਚਾਹੀਦਾ। ਨਹੀਂ ਹੋਰ ਦੱਸ ਕੁੜੀਏ, ਤੂੰ ਕਿਤੇ ਸੱਚੀ ਮੇਰੇ ਪੁੱਤ ਨਾਲ ਕਿਤੇ ਊ ਤਾਂ ਨਹੀਂ ਕੋਈ ਪੇਚਾ ਪੂਚਾ ਪਾ ਰੱਖਿਆ? ਹਾਏ ਬੇਬੇ ਤੂੰ ਕਿੰਨੀ ਫਨੀ ਆ। ਨਹੀਂ ਫਨੀ ਫਨੀ ਕੀ ਹੁੰਦਾ ਪੁੱਤ? ਜਿਹੜੀ ਬਾਲੀ ਹਸਮੁਖ ਹੋਵੇ, ਮੈਨੂੰ ਤਾਂ ਇਹ ਸੀਗਾ ਵੀ ਕਿਤੇ ਤੁਸੀਂ ਇਕੱਲੇ ਲੜਾਕੂ ਹੀ ਆ, ਤੁਸੀਂ ਤਾਂ ਫਨੀ ਵੀ ਹੋ ਨਾਲ ਨਾਲ। ਨਹੀਂ ਊ ਤਾਂ ਪੁੱਤ ਤੂੰ ਸੋਹਣੀ ਆ, ਮੈਂ ਆਖਿਆ ਕੀ ਆ ਮੇਰੇ ਪੁੱਤ ਨੇ ਤੈਨੂੰ ਪਸੰਦ ਕਰ ਰੱਖਿਆ ਹੋਵੇ ਤਾਂ ਆਈ ਹੋਵੇ ਘਰ ਬਾਰ ਦੇਖਣ ਬਹਾਨੇ ਨਾਲ। ਲੈ ਬੇਬੇ, ਘਰ ਬਾਰ ਦੇਖਣ ਨੂੰ ਮੇਰੇ ਘਰ ਦੇ ਹੈਗੇ ਨੇ,
ਆਪੀ ਦੇਖ ਲੈਣਗੇ ਜਦੋਂ ਮੈਂ ਵਿਆਹ ਕਰਵਾਉਣਾ ਹੋਇਆ। ਹੁਣ ਤਾਂ ਮੈਂ ਸਿਰਫ ਆਪਣੀਆਂ ਕਿਤਾਬਾਂ ਹੀ ਪੜ੍ਹਨ ਆਈ ਆ, ਅਸੀਂ ਬਸ ਇਕੱਠੇ ਪੜ੍ਹਦੇ ਆ, ਹੋਰ ਕੁਛ ਨਹੀਂ। ਅੱਛਾ, ਪੁੱਤ ਮਗਰੋਂ ਹੀ ਪਤਾ ਲੱਗਦਾ ਜਦੋਂ ਵਿਆਹ ਵਿਹੂ ਹੋ ਜਾਂਦੇ ਨੇ। ਚੰਗਾ ਬੇਬੇ, ਤੈਨੂੰ ਕੋਈ ਨਹੀਂ ਚੁੱਪ ਕਰਵਾ ਸਕਦਾ। ਤੂੰ ਤਾਂ ਨਾ ਮੇਰੀ ਦਾਦੀ ਨਾਲ ਵੀ ਭੈੜੀ ਆ, ਉਹ ਵੀ ਸਾਰਾ ਦਿਨ ਐਂ ਬੋਲਦੀ ਰਹਿੰਦੀ ਆ। ਮੈਨੂੰ ਤਾਂ ਐਂ ਸੀ ਕਿਤੇ ਮੇਰੀ ਦਾਦੀ ਵੀ ਸਾਰੀ ਦੁਨੀਆ 'ਚ ਵੱਧ ਬੋਲਦੀ ਆ। ਨਹੀਂ, ਪਹਿਲਾਂ ਵਾਲੀਆਂ ਤਾਂ ਪੁੱਤ ਬੁੜੀਆਂ ਆਈ ਹੁੰਦੀਆਂ ਨੇ, ਉਹ ਇਹੋ ਜਿਹਾ ਕੁਛ ਬਰਦਾਸ਼ਤ ਨਹੀਂ ਕਰਦੀਆਂ, ਝੱਲਿਆ ਨਹੀਂ ਆਉਂਦਾ ਇਹੋ ਜਿਹਾ ਕੁਛ। ਚੱਲ ਕੋਈ ਨਾ, ਪੁੱਤ ਆਉਣ ਵਾਲੀ ਆ, ਉਹ ਤੈਨੂੰ ਕਿਤਾਬਾਂ ਕਤੂਬਾਂ ਦੇ ਦੂਗਾ, ਨਹੀਂ ਫਿਰ ਤੂੰ ਉਹਦੀ ਕਿੱਟ 'ਚੋਂ ਦੇਖ ਲੈ ਕਿਹੜੀ ਕਿਤਾਬ ਆ ਤੇਰੀ ਕੋਈ। ਜੇ ਮੈਂ ਬੇਬੇ ਉਹਦੀ ਕਿੱਟ ਫਰੋਲਤੀ ਸਵੇਰੇ, ਉਹ ਜਾਣ ਸਾਰ ਮੇਰੀ ਗੁੱਤ ਡੈਕਸ ਨਾਲ ਬੰਨ ਦੂਗਾ। ਬੇਬੇ ਕਦੋਂ ਕਹੂਗਾ ਰਵੀ? ਨਹੀਂ ਆਉਂਦਾ ਪੁੱਤ, ਕੁੜੀਏ ਬਾਲੀ ਕਾਲੀ ਹੋਈ ਪਈ ਆ ਤੈਨੂੰ, ਆ ਜਾਊਗਾ। ਰੀਤ ਆਈ ਬੈਠੀ ਹੈ, ਕਿਵੇਂ ਰੀਤ? ਹੈਲੋ ਰਵੀ, ਕਿਵੇਂ ਆ? ਠੀਕ ਆ, ਹੋ ਠੀਕ ਹੋ? ਹਾਂ ਵਧੀਆ। ਬਿਮਾਰੀਆਂ ਲੱਗ ਜਾਂਦੀਆਂ ਨੇ, ਆਏ ਨਹੀਂ ਮਿਲਦੇ ਹੁੰਦੇ। ਉਹ ਬੇਬੇ ਬਾਇਆ ਕਰ, ਤੈਨੂੰ ਕੀ ਪਤਾ ਹੈਗਾ ਮਰੀ ਇੰਨੀ ਨਹੀਂ ਆਉਂਦੀ। ਹੋਰ ਮੈਨੂੰ ਕਾਹਨੂੰ ਪਤਾ, ਸਾਰੀ ਦੁਨੀਆ ਦਾ ਗਾਲ ਹੀ ਮੈਂ, ਹਜੇ ਮੈਨੂੰ ਪਤਾ ਨਹੀਂ। ਪਿਆਈ ਜਾਂਦੀ ਹੈ ਤੇਰੀ ਬੇਬੇ ਚਾਹ ਤਾਂ। ਉਹਦਾ ਹੀ ਹੀ ਹਾਂ, ਮਰੀ ਜਾਂਦੀ ਹੈ। ਇੰਨਾ ਟਾਈਮ ਤੂੰ ਕਿੱਥੇ ਸੀਗਾ? ਉਹ ਮੈਂ ਤਾਂ ਮੁੰਡੇ ਕੋਲ ਖੜ ਗਈ ਹਾਂ, ਬਾਵਾ ਟਾਈਮ ਬਾਅਦ ਆਇਆ ਸੀ ਨਾ ਤਾਂ ਹੀ। ਚਲ ਚੰਗਾ ਐ ਕਰ, ਜਾ ਮੇਰੇ ਨੋਟਸ ਲਿਆ ਕੇ ਦੇ। ਨੋਟਸ ਲਿਆ ਨਾ ਕੋਈ ਨਾ, ਬੈਠ ਤੂੰ ਚਾਹ ਚੂ ਪੀ ਉਹਨੇ। ਬਸ ਬਸ, ਮੈਂ ਜੇ 2 ਮਿੰਟ ਹੋਰ ਬੈਠ ਰਹੀ ਤੇਰੀ ਬੇਬੇ ਮੈਨੂੰ ਕਾਫੀ ਪਿਆ ਦੂਗੀ। ਇਹ ਤਾਂ ਮਰੀ ਜਾਂਦੀ ਹੈ ਭਾਈ, ਕੁੜ ਗਿਆ ਨਹੀਂ। ਆ ਦੇ ਭਾਈ, ਬੈਂਦੀ ਨਹੀਂ। ਕਿਹੜੀਆਂ ਕਿਤਾਬਾਂ ਕਤੂਬਾਂ ਨੇ ਦੇ? ਵਾਹ ਵਾਹ ਫਰਾ, ਬਾਹਰਲੀ ਹਵਾ ਲੱਗ ਗਈ ਇਹਨੂੰ। ਆ ਇਸੇ ਕੰਮ ਤੋਂ ਤਾਂ ਮੈਂ ਡਰਦੀ ਆ। ਲੈ ਰੀ ਲੋ ਪੜਾਈਆਂ ਇਹਨੂੰ। ਭਾਈ ਤੁਸੀਂ ਇੱਕ ਦੂਜੇ ਨੂੰ ਕਾਪੀ ਨਾ ਹੀ ਦਿਆ ਕਰੋ, ਆਪਦਾ ਸਕੂਲ 'ਚ ਕੰਮ ਕਰਿਆ ਕਰੋ, ਉੱਥੇ ਜਿਹੜਾ ਹੁੰਦਾ ਤੁਹਾਡਾ। ਉਹ ਬੇਬੇ ਸਕੂਲ ਨਹੀਂ, ਉਹ ਕਾਲਜ ਆਗਾ, ਮਰੀ ਨਹੀਂ ਆਪਦੀ। ਅੱਛਾ ਪੁੱਤ, ਕਾਜਲ ਕਹਿੰਦੇ ਨੇ ਉਹਨੂੰ, ਮੈਨੂੰ ਨਹੀਂ ਪਤਾ ਸੀ। ਕਾਜਲ ਨਹੀਂ, ਕਾਲਜ ਕਹਿੰਦੇ ਆ, ਪਰ ਤੂੰ ਆਪਦੀ ਚਲਾ ਵਾ, ਠੀਕ ਆ ਜਿਹੜਾ ਕੋ ਕਹਿੰਦੇ। ਭਾਬੀ ਚਾਹ ਬਣਾ ਦੇ ਮੜੀ, ਚਾਹ ਬਣ ਗਈ, ਲੈ ਇਹਨੂੰ ਪਿਆ ਦੇ ਚਾਹ। ਸਤਿ ਸ਼੍ਰੀ ਅਕਾਲ ਨੂੰ ਬੂਟ ਲੱਗ ਮਾਰੇ ਭਾਣ ਨਾ ਸੁੱਡਲ ਜਾ, ਦੇਖ ਲੈ। ਸਤਿ ਸ਼੍ਰੀ ਅਕਾਲ ਬੁਲਾਉਣਾ ਲੈ ਲੈ ਬੈਠੀ ਹੈਗੀ ਇਹਦੇ ਕਰਕੇ। ਲਿਆ ਭਾਬੀ ਚਾਹ ਯਾਰ, ਜਾਣਾ ਨਹੀਂ ਰਵੀ, ਮੈਂ ਚਾਹ ਤਾਂ ਚਾਹ ਨਹੀਂ ਪੀਣੀ, ਬਸ ਮੈਂ ਤਾਂ ਚੱਲਦੀ ਆ। ਬੱਕਰੀਆਂ ਦੇ ਦੁੱਧ ਦੀ ਆ ਵਧੀਆ ਗੀ। ਬੱਕਰੀਆਂ ਦੇ ਦੁੱਧ ਦੀ? ਮਜ਼ਾਕ ਕਰਨੇ ਕਿ ਸੱਚੀ ਬੱਕਰੀਆਂ ਦੇ ਦੁੱਧ ਦੀ ਚਾਹ ਏ? ਓਏ ਹਾਂ, ਬੱਕਰੀਆਂ ਦੇ ਦੁੱਧ ਦੀ ਵਧੀਆ, ਸੱਲ ਸੁਲ ਪੂਰੇ ਹੋ ਜਾਂਦੇ ਹੈਗੇ। ਨਹੀਂ ਨਹੀਂ, ਪੀ ਲਾ ਲੈ, ਮੈਂ ਨਹੀਂ ਪੀਣੀ ਰਵੀ, ਮੈਂ ਨਹੀਂ ਪੀਣੀ, ਮੈਂ ਨਹੀਂ ਪੀਣੀ। ਲਓ ਨਾ ਨਾ ਨਾ, ਬਸ ਬਸ ਬਸ, ਲੈ ਬੇਬੇ। ਅਗਰੀ ਆਈ ਭੱਜ ਗਈ, ਲੈ ਦੱਸ ਬੱਕਰੀਆਂ ਦਾ ਦੁੱਧ ਕੀ ਕਰੇ ਦੰਦੀ ਬਾਹਰ। ਚੱਲ ਆਪਾਂ ਹੋਰ ਪਾਲਾ ਬੇਬੇ, ਬੇ ਪੁੱਤਾ ਕੁੜੀ ਨੂੰ ਤਾਂ ਜਮੀ ਅਕਲ ਨਹੀਂ ਮਿਲਦੀ। ਚੱਲ ਉਹਨੂੰ ਫੜਾ ਦੇ, ਭਾਵੇਂ ਬੌਂਗੇ ਇਹਨੂੰ ਬੰਦੇ ਨੂੰ ਇੰਨੀ ਅਕਲ ਹੋਣੀ ਚਾਹੀਦੀ ਯਾਰ। ਭਾਬੀ ਵਿੱਚ ਆ ਕੇ ਵੜ ਗਿਆ, ਮੁਸਕ ਮਾਰਦਾ ਭੈਣ, ਨਹਾਉਂਦਾ ਨੀ ਧੋਂਦਾ ਨੀ, ਸਿਗਲੀ ਕਰਦਾ। ਉਹਨੂੰ ਨੀ ਦਿਸਦਾ ਹੈਗਾ ਵੀ ਮੇਰੇ ਪੁੱਤ ਦੀ ਕੋਈ ਦੋਸਤ ਆਈ ਬੈਠੀ ਹੈਗੀ ਹੈ, ਉਹਨੂੰ ਅਕਲ ਨੀ, ਉਹਦੇ ਬਾਹਰੋਂ ਕੁੜੀ ਆ ਰਹੀ ਹੈਗੀ, ਇਹਦੇ ਕਾਜਲ ਚੋਂ ਆਈ ਸੀ ਉਹ ਕੁੜੀ, ਉਹਨੂੰ ਸ਼ਰਮ ਨੀ ਉਹਦੇ ਵਿੱਚ ਦੀ ਟੱਪਦਾ। ਉਹ ਪਾਥੀਆਂ ਰੱਖਣੇ ਸੀ, ਟੋਕਰਾ ਭਾਰੀ ਹੋਣਾ, ਟੋਕਰਾ ਭਾਰੀ ਹੋਣਾ, ਤੂੰ ਬਸ ਬਾਲੀ ਨਾ ਪੁੱਤ ਉਹਦੀ, ਮੇਰੇ ਕਰਿਆ ਕਰ, ਜਾ ਤੂੰ ਬਾਇਆ ਜਾ ਕੰਮ ਕਰ ਲੈ। ਹੁਣ ਸਾਰੇ ਕਾਲਜ ਦੱਸੂਗੀ ਵੀ ਇਹਨਾਂ ਦੇ ਇਹੋ ਜਿਹਾ ਭਰਾ ਹੈਗਾ ਸੁੱਡਲ ਜਿਹਾ, ਉਹਦਾ ਹੈ ਵੀ ਇਹੋ ਜਿਹਾ, ਉਹਦਾ ਬਣਾ ਚੜਾ ਕੇ ਐਂ ਪਤਾ ਕੀ ਕੀ ਗੱਲਾਂ ਦੱਸੂਗੀ ਹੁਣ। ਵੀ ਦੇਖ ਲਈ, ਉਹ ਤਾਂ ਮੈਂ ਬਾਲਾ ਹੀ ਬੋਲਦੀ ਸੀ, ਉਹ ਤਾਂ ਗਰਮ ਹੁੰਦਾ ਗਾ, ਉਹ ਵਧੀਆ ਗਰਮ ਹੁੰਦਾ, ਸਕੀਨੀ ਨੇ ਮਾਰ ਲਿਆ ਟੌਰ ਨੇ।
ਚਾਲ ਤੈਨੂੰ ਕੀ ਲੈਣਾ ਦੱਸ, ਤੈਨੂੰ ਜੇ ਗਾਹਾਂ ਲੈ ਗਿਆ ਤੂੰ ਤਾਂ ਬਸ ਤੂੰ ਹੀ ਦੇਖ ਦੇਖ ਹੈਰਾਨ ਹੋਈ ਜਾਏਗੀ। ਮਾੜਾ ਨਾ ਕੁੜੀਆਂ ਚਿੜੀਆਂ ਦੇ ਨੇੜੇ ਜੇ ਲੱਗਿਆ ਕਰ, ਕਿਤੇ ਤੇਰੀ ਜ਼ਿੰਦਗੀ ਖਰਾਬ ਕਰ ਦੇਣਾ। ਪੜ੍ਹਾਈ ਫਿਰ ਇਹਨਾਂ ਨਾਲ ਕੁੜੀਆਂ ਵੱਧ ਪੜ੍ਹਦੀਆਂ, ਇਹਨਾਂ ਤਾਂ ਹੁਣ ਕੁਛ ਨਾ ਕੁਛ ਪੁੱਛਣਾ ਪੈਂਦਾ ਗਾ, ਆਪਦੀ ਮਰੀ ਨੀ ਉਹਦਾ ਬਿੱਲੀ ਉੱਠੀ ਦੇ ਮਿਲੀ ਜਾਂਦਾ ਸੀ ਮੇਰੇ ਸਾਹਮਣੇ। ਉਹ ਨਹੀਂ ਬੇਬੇ ਮਰੀ ਨੀ ਆਉਂਦੀ, ਤੇਰੇ ਕੋਲ ਬੈਠਣੀ ਤੂੰ ਭਰਾ। ਬੇ ਪੁੱਤ ਕੀ ਕਰਦਾ ਤੂੰ ਹੁਣ? ਕੀ ਕਰਨਾ ਬੇਬੇ, ਫੋਨ ਦੇਖੀ ਜਾਂਦੇ ਹੀ ਨਾ। ਬੇ ਪੁੱਤ ਮੈਂ ਤਾਂ ਤੈਨੂੰ ਐਂ ਪੁੱਛਦੀ ਸੀ, ਆ ਤੇਰੀ ਪੜ੍ਹਾਈ ਜੀ ਦਾ ਜਿਹੜਾ ਕਰੀ ਜਾਂਦਾ ਤੂੰ ਕੋਰਸ ਜਾਂ ਕਿੰਨੇ ਕੁ ਚਿਰ ਦਾ ਇਹ? ਇਹਦਾ ਇਹ 2 ਸਾਲ ਪਿਆ ਬੇਬੇ, ਇਹਦਾ ਆਹ ਸਾਲ ਵੀ ਨਹੀਂ ਪੂਰਾ ਹੋਇਆ, 3 ਸਾਲਾਂ ਦਾ ਹੁੰਦਾ। ਬੇ 2 ਸਾਲ ਪੁੱਤ ਹਜੇ ਲੈ। ਕਿਉਂ? ਬੇ ਮੈਂ ਤਾਂ ਐਂ ਦੇਖਦੀ ਸੀ ਕੋਈ ਚੰਗੀ ਜਿਹੀ ਕੁੜੀ ਦੇਖ ਕੇ ਆ ਤੇਰੇ ਵੀ ਹੱਥ ਪੀਲੇ ਕਰ ਦਿੰਦੀ। ਲੈ ਤੂੰ ਆਪਦੀ ਕਰਾ ਲਾ ਨਾ ਫਿਰ, ਜੇ ਇੰਨੀ ਤੈਨੂੰ ਵਿਆਹਾਂ ਦਾ ਸ਼ੌਂਕ ਲੱਗਿਆ ਰਹਿੰਦਾ ਮੈਂ ਤਾਂ ਕੋਈ ਨਹੀਂ ਕਰਾਉਂਦਾ ਕਰਾਉਂਦਾ। ਲੈ ਦੇਖ ਲੈ ਪੁੱਤ ਕੀ ਬੋਲਦਾ, ਹੁਣ ਮੈਂ ਵਿਆਹ ਕਰਾਉਣੀ ਹੈਗੀ ਤੇ ਫਿਰ ਮੇਰੀ ਹੈਗੀ ਹਜੇ ਉਮਰ ਕਰਾਉਣ ਦੀ? ਵਿਆਹ ਬੁੜੀ ਤਾਂ ਹੋਈ ਪਈ ਆ, 3 ਜਵਾਕ ਹੋ ਗਏ ਮੇਰੇ ਹੈਂ, ਤੇ ਹਜੇ ਮੈਂ ਵਿਆਹ ਕਰਾਈ ਚੱਲੂੰਗੀ? ਨਾ ਨਾ ਮੈਂ ਵੀ ਨਹੀਂ ਕਰਾਉਣਾ, ਪਹਿਲਾਂ ਚੰਨੀ ਨੂੰ ਫਸਾਦਾ ਤੂੰ ਉੱਥੇ, ਮੈਨੂੰ ਨਹੀਂ ਪਤਾਗਾ। ਬੇ ਵਿਆਹ ਤਾਂ ਹੁਣ ਕਰਨਾ ਹੀ ਹੁੰਦਾ ਪੁੱਤ। ਮੈਂ ਨਹੀਂ ਕਰਾਉਣਾ ਹਜੇ, ਪੜ੍ਹਾਈ ਤਾਂ ਪੂਰੀ ਕਰ ਲਾ ਹੁਣ, ਜੋ ਇੰਨੇ ਪੈਸੇ ਭਰੇ ਵੇ ਮੇਰੇ, ਆਪਦੀ ਮਰੀ ਇੰਨੀ ਤੂੰ ਬੈਠੀ ਇੱਥੇ। ਬੇ ਕੁਛ ਨਹੀਂ ਹੁੰਦਾ ਪੁੱਤ, ਇੱਕ ਵਾਰੀ ਵਿਆਹ ਕਰਾ ਲੈਂਦੀ ਆ, ਤੂੰ ਵਿਆਹ ਕਰਾ ਕੇ ਪੜ੍ਹਾਈ ਕਰੀ ਚੱਲੀ ਆਪਦੀ। ਉਹ ਬੇਬੇ ਵਿਆਹ ਤੋਂ ਬਾਅਦ ਕਿਹੜੀਆਂ ਪੜ੍ਹਾਈਆਂ ਹੁੰਦੀਆਂ, ਉਦੋਂ ਬਾਅਦ ਤਾਂ ਜਵਾਕਾਂ ਦੇ ਡਾਇਪਰ ਹੀ ਪੂਰੇ ਹੁੰਦੇ ਆ ਮਸਾਂ। ਬੇ ਪੁੱਤ ਕੋਈ ਨਾ, ਹੁਣ ਤਾਂ ਪੜ੍ਹੇ ਲਿਖੇ ਲੋਕ ਨੇ, ਆਹ ਪਤਾ ਨਹੀਂ ਕੀ ਬੈਪਰ ਬੁਪਰ ਜੇ ਲਾ ਲੈਂਦੇ ਨੇ। ਪੁੱਤ ਜਦੋਂ ਤੂੰ ਛੋਟਾ ਜਿਹਾ ਹੁੰਦਾ ਸੀ ਨਾ, ਆਹ ਕੱਸੀਆਂ ਪੋਤੜੀ ਹੁੰਦੇ ਸੀ ਉਦੋਂ ਤਾਂ। ਉਹ ਚੱਲ ਕੋਈ ਨਾ ਬੇਬੇ, ਹੁਣ ਜ਼ਮਾਨਾ ਬਦਲ ਗਿਆ, ਹੁਣ ਹੋਰ ਆ ਜ਼ਮਾਨਾ, ਤੇ ਨਾ ਮੈਂ ਵਿਆਹ ਕਰਾਵਾਂ ਅੱਜ ਨਾ ਕਰਾਵਾਂ ਕੱਲ੍ਹ, ਮੈਂ ਨਹੀਂ ਹਜੇ ਇਹ ਕੰਮਾਂ 'ਚ ਪੈਣਾ। ਲੈ ਅੱਗੇ ਮੈਂ ਨਾ ਅੱਜ ਕਰਾਵਾਂ ਨਾ ਕੱਲ੍ਹ, ਬੇ ਪੁੱਤ ਵਿਆਹ ਤਾਂ ਕਰਾਉਣਾ ਹੀ ਪਊਗਾ। ਉਹ ਨਹੀਂ ਕਰਾਉਂਦਾ ਫਿਰ ਹਜੇ, ਜਦੋਂ ਹੋਇਆ ਕੋਈ ਮੇਰਾ ਉਹ ਆਪੀ ਕਰਾ ਲੂੰ, ਹੋਏ ਪੈਰਾਂ ਸਿਰ ਤਾਂ ਹੋ ਜਾਣ ਦੇ। ਬੇ ਕੋਈ ਨਾ ਪੁੱਤ, ਪੈਰਾਂ ਸਿਰ ਤਾਂ ਆਪੀ ਹੋ ਜਾਏਗਾ ਤੂੰ, ਹੁਣ ਵਿਆਹ ਤਾਂ ਤੇਰਾ ਕਰਨਾ ਹੀ ਪਊਗਾ। ਹੁਣ ਚੰਨੀ ਦਾ ਵੀ ਤਾਂ ਕਰਾਇਆ ਹੀ ਆ ਵਿਆਹ, ਨਾਲੇ ਉਹ ਚੰਨੀ ਬਹੁਤ ਸੌਖਾ ਗਾ ਨਾ, ਤਾਂ ਹੀ ਬਾਹਰ ਉਹ ਨਹੀਂ ਨਿਕਲਣ ਦਿੰਦੀ, ਉਹਦੀ ਕਹਿ ਦਿੰਦੀ ਆ ਮਗਰੀ ਫੋਨ ਲਾ ਆਉਂਦੀ ਆ ਜਾ ਘਰੇ ਆ ਜਾ ਘਰੇ। ਲੈ ਪੁੱਤ ਹੁਣ ਉਹਨੇ ਤਾਂ ਕਹਿਣਾ ਹੀ ਆ ਵਧੀਆ ਸਮਾਂਗਾ ਦੀ, ਘਰੇ ਬੰਨਿਆ ਰਹੇਗਾ, ਆ ਹੁਣ ਉਹਦੀ ਨਿਕਲ ਜਾਂਦਾ ਗਾ ਬਾਹਰ। ਉਹ ਮਹੀਨੇ ਬਾਅਦ ਮੈਂ ਆਏਗਾ ਜੇ ਬਾਗਿਆ ਘੰਟਾ, ਫਿਰ ਕਿਉਂ ਹੀ ਮਰੀ ਨਹੀਂ ਨਾ ਬੇਬੇ, ਤੂੰ ਆਪ ਦੀ ਬੌੜੀ ਹੋਈ ਪਈ, ਮੈਨੂੰ ਲੱਗਦਾ ਤੈਨੂੰ ਚਰਨੇ ਦਾ ਪਾ ਤੈਨੂੰ ਲੱਗ ਗਿਆ। ਬੇ ਉਹਦਾ ਨਾ ਲਿਆ ਕਰ ਬੇ ਕਲਾਸਣੀ ਦਾ, ਹੋਈ ਤੂੰ ਉਹ ਹੋਗਾ ਬੇ, ਉਹ ਤੇ ਤਾਂ ਮੈਨੂੰ ਬਾੜਾ ਗੁੱਸਾ ਆਉਂਦਾ, ਉਹਦਾ ਕਰਾ ਦੇ ਵਿਚਾਰੇ ਦਾ, ਨਾਲੇ ਵਧੀਆ ਟਿਕ ਜਾਊਗਾ। ਬਸ ਰਹਿਣ ਦੇ ਪੁੱਤ, ਨਾਲੇ ਮੈਂ ਤੈਨੂੰ ਦੱਸਦੀ ਆ ਉਹਦਾ ਵਿਆਹ ਨਹੀਂ ਕਰਾਉਣਾ ਹੈਗਾਗਾ, ਇੱਥੇ ਬਰਾਬਰ ਦੀ ਜ਼ਮੀਨ ਵੰਡ ਕੇ ਬਹਿ ਜਾਊਗਾ, ਮੈਂ ਤੈਨੂੰ ਦੱਸਾਂ। ਜ਼ਮੀਨ ਨੂੰ ਅਦੇ ਹੀ ਖੜਾ ਪੋਰੀਆਂ ਗਣ ਕੇ ਮਰੀ ਜਾਂਦਾ। ਫਿਰ ਚੁੱਪ ਕਰਕੇ ਵਿਆਹ ਕਰਵਾ ਲਾ। ਕਰਾ ਲੂੰਗਾ ਕੋਈ ਨਾ। ਆਹੋ ਕਿਤੇ ਜ਼ਮੀਨ ਨਾ ਹੱਥੋਂ ਖੁੰਜ ਜੇ ਆਪਣੇ। ਜ਼ਮੀਨ ਕਿਵੇਂ ਹੱਥੋਂ ਖੁੰਜ ਜੂਗੀ, ਮਰੀ ਨਹੀਂ ਨੇ ਬੌਲਿਆਂ ਵਾਂਗੂ। ਬੌਲਿਆਂ ਵਾਂਗੂ ਕਾ ਪੁੱਤ, ਤੂੰ ਮੇਰੀ ਗੱਲ ਨਹੀਂ ਸੁਣਦਾ ਹੈਗਾ। ਮੈਂ ਦੋਨਾਂ ਤੋਂ ਕਿਹੜਾ ਨਾ ਖੋਲੂੰਗਾ, ਇਹ ਆ ਮਾਰਵਾਂ ਮੁੱਕਵਾਂ ਇਹਨਾਂ ਘਰੋਂ ਕੱਢ ਦੂੰ। ਦੋਨਾਂ ਤੋਂ ਤਾਂ ਹੁਣ ਉਹ ਤਾਂ ਤੇਰਾ ਭਾਈ ਆ, ਨਾਲੋਂ ਜੰਮਿਆ ਭਾਈ ਆ, ਫਿਰ ਜੇ ਤੂੰ ਬਾਹਲਾ 3-5 ਜੀ ਕਰੇਂਗੀ ਫਿਰ ਤੂੰ। ਲੈ ਦੇਖ ਲਾ, ਐਵੇਂ ਨਾ ਮੇਰਾ ਦਿਮਾਗ ਜਿਹਾ ਨਾ ਖਾਇਆ ਕਰਾ, ਉਹਦਾ ਬਗ ਜਾ ਪਰੇ। ਆ 3 ਦਿਨ ਆਇਆ ਸੀਗਾ, ਮੇਰੇ ਨਾਲ ਤਾਂ ਤੂੰ ਚੱਜ ਦੀ ਗੱਲ ਕਰੂਗੀ ਨਹੀਂ, ਵੀ ਮੇਰੇ ਮਾਂ ਕੋਲੇ ਬਹਿ ਜਾ ਮੈਂ। ਉਹ ਬੈਠਾ ਤਾਂ ਹੈਗਾ ਹੀ, ਫਿਰ ਤੂੰ ਬੈਠਣ ਵੀ ਨਹੀਂ ਦਿੰਦਾ, ਐਂ ਬੋਲਦੇ ਆ ਭੁੱਕੀ ਖਾਧੀ ਹੁੰਦੀ ਤੇਰੀ। ਮੇਰੀ ਤਾਂ ਬਾਜ ਹੀ ਇਹ ਜੀ ਆ ਬੇ ਰਵੀ ਪੁੱਤ, ਆ ਤੂੰ 3 ਦਿਨ ਆਇਆ ਸੀ, ਹੁਣ ਮੈਨੂੰ ਆਏ ਸੀ ਚੱਲ ਮੈਂ ਪੁੱਤ ਨਾਲ ਗੱਲ ਕਰ ਲਾਂ, ਕੋਈ ਵਿਆਹ ਦੀ ਗੱਲ ਕਰਾਂ, ਆ ਤੂੰ ਤਾਂ ਸਮਗਾ ਦੀ ਆਇਆ ਕਹਿਣਾ ਕਿ ਮੈਂ ਤਾਂ ਕਰਾਉਂਦਾ ਹੀ ਨਹੀਂ। ਜੇ ਵਿਆਹ ਇਹਨੂੰ ਕਹੇਂਗੇ ਮੈਂ ਆਉਣਾ ਵੀ ਨਹੀਂ, ਮੈਂ ਉੱਥੇ ਹੀ ਰਿਹਾ ਕਰੂੰ, ਫਿਰ ਉੱਥੇ ਹੀ ਪੈਸੇ ਪਾਈ ਜਾਏ ਉਹ ਆਪਦੇ। ਬੇ ਉਹ ਕੁੜੀ ਜੀ ਆਈ ਸੀ ਉਹ ਕਿਵੇਂ ਲੱਗਦੀ ਆ ਤੈਨੂੰ? ਉਸੇ ਨਾਲ ਨਾ ਕਰਾ ਲਈ, ਹੋਰ ਨਾ ਕਰਾ ਲਏ ਤਾਂ ਕਿਤੇ। ਹੋਰ ਕਿ ਭੈੜੀ ਵਾਲੀ ਆ? ਭੈੜੀ ਤਾਂ ਕਿਉਂ ਆ, ਇਹਦਾ ਮੇਰੇ ਨਾਲ ਵਧੀਆ ਉਹਦੀ, ਐਂ ਗੱਲ ਨਹੀਂ। ਤੇ ਆਪਦੀ ਪਸੰਦ ਦੀ ਕਰਾਏਗਾ ਤੂੰ? ਓ ਯਾਰ ਬੇਬੇ ਐਵੇਂ ਤੂੰ ਮੇਰੇ ਨਾਲ ਕਿਉਂ ਇਹ ਗੱਲਾਂ ਇਹ ਕਰੀ ਜਾਂਦੀ ਨਹੀਂ ਆ? ਲੈ ਪੁੱਤ ਤੂੰ ਮੇਰਾ ਮੁੰਡਾ ਗਾ, ਲੈ ਮੇਰੇ ਕੋਲੇ ਕਾਹਦੀ ਸੰਗ ਆ ਪੁੱਤ, ਵਿਆਹ ਤਾਂ ਮੈਂ ਹੀ ਕਰੂੰ ਹੁਣ ਤੇਰਾ। ਉਹ ਮੈਂ ਕਦੋਂ ਕਹਿਣਾ ਵੀ ਗੁਮਾਂਡੀ ਕਰਨਗੇ, ਮੈਂ ਕਰਾ ਲੂੰ ਕੋਈ ਨਾ ਜਦੋਂ ਹੋਇਆ ਕੋਈ। ਮੈਂ ਮੈਨੂੰ ਨਾ ਸੋਚ ਜੀ ਲੱਗੀ ਰਹਿੰਦੀ ਆ ਪੁੱਤ, ਤੈਨੂੰ ਤਾਂ ਲੱਗੀ ਰਹੂ ਜੇ ਤੇਰਾ ਪਿਓ ਹੁੰਦਾ
ਤਾਂ ਗੱਲ ਕੁਛ ਹੋਰ ਸੀ। ਹੁਣ ਮੈਨੂੰ ਆਇਆ ਵੀ ਚੱਲ ਇੱਕ ਦਾ ਤਾਂ ਵਿਆਹ ਕਰਤਾ, ਹੁਣ ਤੇਰਾ ਵੀ ਕਰਦਾ ਮੈਂ। ਹੁਣ ਤੇਰੀ ਵਿਆਹ ਦੀ ਉਮਰ ਆ ਨਾਲੇ, ਪੜ੍ਹਾਈਆਂ ਪੜੂਈਆਂ ਤਾਂ ਆਪੇ ਹੋਈ ਜਾਣਗੀਆਂ ਵਿੱਚ ਫੇਰ। ਠੀਕ ਆ ਚੱਲ ਚੰਗਾ, ਬੇ ਚੱਲ ਚੰਗਾ ਪੁੱਤ, ਮੈਂ ਤਾਂ ਜਾਣੀ ਆ, ਨਾਲੇ ਸੋਚ ਲਾ ਹੁਣ ਆਪਦੀ ਪੜ੍ਹਾਈ ਪੜੂਈ ਦਾ। ਪੜ੍ਹਾਈ ਤਾਂ ਮੈਂ ਕਰੀ ਜਾਂਦਾ, ਇੱਥੇ ਮੇਰੀ ਕਿੱਟ ਪਈ ਆ, ਫੜਾ ਕੇ ਮੜੇ ਨੋਟ ਛੇ ਤਿਆਰ ਕਰ ਲਾ, ਫੜਾ ਕੇ ਗਈ ਸੀ। ਵਿਆਹ ਤਾਂ ਤੇਰਾ ਮੈਂ ਕਰਵਾ ਕੇ ਨਹੀਂ ਗਈ, ਇਹ ਨਹੀਂ ਇਹ ਤਾਂ ਕੱਪੜਿਆਂ ਵਾਲੀ ਆ ਗਈ ਦੂਜੀ। ਹੋਰ ਕਿੱਥੇ ਪਈ ਆ? ਇੱਧਰ ਪਈ ਉਹ ਤਾਂ। ਲਿਆ ਦਿੰਨੀ ਆ। ਲਿਆ ਕੇ ਦੇ ਆ। ਮੈਂ ਉਹਨੇ ਡਾਊਨਲੋਡ ਕਰ ਲਾ ਮੜੇ। ਹੋ ਉਰੀ ਵਾਜੀ ਵੀਰੇ ਤੁਸੀਂ ਮੰਜੇ ਕੋਈ ਨਹੀਂ ਭਾਈ, ਇੱਥੇ ਰੋਟਾ ਨਹੀਂ ਕੋਈ ਨਾ, ਇੱਥੇ ਬਹਿ ਜਾ ਸੇਕ ਲੋ, ਫੇਰ ਲੜੀ ਜਾਣਗੇ ਤੇਰੇ ਨਾਲ। ਉਹ ਆਇਆ ਤੇਰੇ ਨਾਲ ਫੇਰ ਵੀ ਲੜੀ ਜਾਣਗੇ। ਕੋਈ ਨਾ ਕੋਈ, ਕਿਉਂ ਕੀ ਹੋ ਰਿਹਾਗਾ? ਉਹ ਕੋਈ ਨਹੀਂ ਭਾਈ, ਤੈਨੂੰ ਕਿਹਾ ਸੀ ਉਹ ਨੌਕਰ ਹੈ, ਮਾਲਕ ਨਹੀਂ। ਨੌਕਰ ਹੈ ਫਿਰ ਮਾਲਕ ਨਹੀਂ, ਫਿਰ ਮੰਜੇ ਤੋਂ ਹੋ ਗਿਆ, ਬਹਿ ਗਿਆ ਕਿੱਡੀ ਕੁ ਗੱਲ ਹੈਗੀ। ਚਲ ਭਾਈ ਕਿਉਂ ਲੜਦੇ, ਕੋਈ ਗੱਲ ਨਹੀਂ, ਮੈਂ ਥੱਲੇ ਬਹਿ ਜਾ। ਕੁਛ ਨਹੀਂ ਰਵੀ, ਵੀਰਾ ਨਾ ਪੀੜੀ ਤੇ ਬੈਂਦਾ ਸੀ, ਉਹ ਪੀੜੀ ਜਮੇ ਜੋ ਹੀ ਜੀ ਪਈ, ਮਹਾ ਮੰਜੇ ਦਾ ਦੱਸਿਆ ਲੋ। ਵੀਰਾ ਪੀੜੀ ਤੇ ਬੈਠਣ ਨੂੰ ਇਹ ਭਾਈ ਕਲਸਟ ਲੱਗਿਆ ਵਗੇ ਇਹ। ਚਲ ਫਿਰ ਬਾਗੀ ਦੇਖੋ ਆ ਗਏ ਇਹ। ਕੀ ਗੱਲ ਹੈ, ਤੂੰ ਹੀ ਤੇ ਬਹਿ ਗਿਆ। ਚੱਲ ਚੱਲ ਉਹਨੇ, ਤੁਸੀਂ ਸਮਝਦੇ ਨਹੀਂ ਹੈਗੇ ਕਿਸੇ ਨੂੰ, ਪੁੱਤ ਤੁਹਾਡਾ ਭਾਈ ਆ ਵੱਡਾ ਫੇਰ ਵੀ ਆਪਣਾ ਹੱਥ ਰੱਖਿਆ ਵਾ, ਉਹ ਕੋਈ ਬਾਲਾ ਕੋਈ। ਉਹ ਗੱਲ ਸੁਣ ਲੈ, ਘਰ ਵਾਲਾ ਤੇਰਾ ਮੈਂ ਆ, ਉਹ ਨਹੀਂ ਬਾਈ ਚਮਲੀ ਜਾਨੇ ਨਾ ਲਪੜਾ ਪਲੇਟ ਉਹ ਤੇਰੀ ਹੋਰ। ਉਹ ਬਾਈ ਸਮਝਾ ਦੇ ਇਹਨੂੰ ਮਾੜਾ ਮੋਟਾ। ਨਹੀਂ ਹੁੰਦੀ ਇਹ, ਦੇਖੋ ਇਹ ਚਾਰ ਮਾਰ ਗੁੱਤ 'ਚ ਤੇ ਆਪੀ ਛੱਟਾ ਜੂ ਕੇਰੀ ਭੌਂਦੀ, ਉਹਨੂੰ ਨੇੜੇ ਗਾਹਾਂ ਦੱਸ ਬਈ। ਨਾਲ ਬੈਠਣ ਨਾਲ ਮਾੜਾ ਨਹੀਂ ਹੁੰਦਾ ਬੰਦਾ, ਉਹ ਮਾੜੇ ਦੀ ਗੱਲ ਨਹੀਂ ਕਲਾਸ। ਉਹ ਮੁਸਕ ਮਾਰਦਾ ਉਹ 'ਚ, ਫਿਰ ਨਾਂ ਤੋਂ ਦਿੰਨੇ ਤੁਸੀਂ ਉਹਨੂੰ ਬੜੇ ਬਕਵਾਸ ਨਾ ਕਰਿਆ ਕਰ, ਮਾਂ ਨੇ ਤੈਨੂੰ ਚਮਲਾ ਰੱਖਿਆ। ਆਹੋ ਚਮਲਾ ਰੱਖਿਆ ਮਾਂ ਨੇ, ਉਹ ਰੋ ਰੋ ਛਿੱਤਰ ਖਾਦੇ ਚੰਗੀ ਨੀ ਲੱਗਦੀ, ਢੀਠ ਹੋ ਜਾਏਗੀ। ਕੰਧ ਨੂੰ ਕੁੱਟ ਲੈ, ਜਨਾਨੀ ਕੁੱਟ ਲੈ, ਇੱਕ ਬਰਾਬਰ ਹੀ ਆ, ਉਹ ਗੱਲ ਤੇਰੀ ਆ। ਫਿਰ ਵੀ ਮੈਂ ਚੰਗਾ ਕੰਮ ਕਰਦੀ ਆ ਤਾਂ ਉਸੇ ਕਰ। ਉਹ ਚੰਗਾ ਨਹੀਂ ਕਰਨਾ, ਤੈਨੂੰ ਕਹਿਤਾ ਕਿੰਨੇ ਵਾਰੀ, ਤੈਨੂੰ ਸਮਝਾਤਾ। ਹੁਣ ਸਰਦ ਨੂੰ ਬੋਲੀ ਜਾਂਦੇ ਰਹਿੰਦੇ, ਹੋਰ ਵੀ ਕੁਛ ਆਏਗਾ ਪੱਲੇ। ਹੋਰ ਪੱਲੇ ਬੇ ਲੜੀ ਜਾਂਦੇ ਹੋਗੇ, ਆ ਖੜੇ ਹੋ ਜਾਓ, ਅੱਥੇ ਮੌੜਾਂ ਦੀ ਨਾ ਸੇਲ ਲੱਗੀ ਹੈਗੀ, ਤੇ ਨਾਲੇ ਤਾਂ ਦੋ ਸੂਟ ਇਹਨੂੰ ਦਵਾ ਲਿਆ, ਨਾਲੇ ਮੈਨੂੰ ਦਵਾ ਲਿਆ ਇੱਕ। ਉਹ ਮੈਂ ਨਹੀਂ ਜਾਂਦਾ ਮਾਂ, ਘਰੇ ਨਾਲੇ ਕੌਣ, ਉਹਦੇ ਤੇ ਕਿਹੜਾ ਤਵਾਰ, ਉਹਦੇ ਕੀ ਵੇਚਦੇ ਉਹਦਾ ਕੀ ਪਤਾ, ਢੋਲ ਚੋਂ ਕਣਕ ਕੱਢ ਕੇ ਵੇਚਦੇ, ਨਾਲ ਢੋਲ ਬਾਹਰ ਆ ਗਿਆ ਇੱਧਰ। ਬੇ ਆ ਕੇ ਮੈਂ ਵੇਚ ਦੂਗਾ, ਘੱਟ ਬਣੂਗੀ ਫਿਰ ਉਹਦੇ ਨਾਲ ਜੇ ਵੇਚੂਗਾ। ਚੱਲ ਖੜਾ ਹੋ, ਮੋਟਰਸਾਈਕਲ ਤੇ ਲੈ ਕੇ ਚੱਲ ਸਾਨੂੰ ਨਾਲ, ਟਾਈਮ ਨਾਲ ਮੁੜੇ ਆਵਾਂਗੇ ਘਰੇ। ਉਹ ਠੰਡ ਦੇਖ ਲੈ ਕਿੰਨੀ ਆ, ਨਮੂਨੀਆ ਆ ਜੂ ਮੈਨੂੰ। ਬੇ ਹੋਰ ਵੀ ਸਮਾਨ ਸੱਲਾ ਲੈ ਕੇ ਆਉਣਾ, ਸੌਦਾ ਮੁੱਕਿਆ ਪਿਆ ਗਾ, ਖੜਾ ਹੋ ਜਾ, ਗੱਲ ਸੁਣ ਲਿਆ ਕਰ ਮੇਰੀ। ਬਸ ਤੇ ਚੱਲਦੇ ਆਪਾਂ, ਚੱਲ ਪਰੇ ਆਹੋ ਕਾਸੇ ਦੀ ਬਾ, ਚੱਲ ਆ ਜਾ ਨਾਲ ਤੇ ਉੱਤੋਂ। ਹੋ ਜਾ ਖੜੀ, ਪਿਆਰ ਨਾਲ ਨਹੀਂ ਕਹਿ ਸਕਦਾ, ਖਾਣਾ ਏ ਮੈਨੂੰ ਪੈਣਾ ਰਹਿਣਾ। ਰਵੀ ਦੇਵੀ ਨਾ ਮੁੱਖੀਆਂ ਲਾਉਣੀਆਂ ਪੈਣਗੀਆਂ, ਐ ਨਹੀਂ ਹੈਗਾ ਵੀ ਆਪ ਤਾਂ ਨੋਟਸ ਫੜਾ ਜੇ ਉਹ ਮੇਰੇ, ਢੀਠ ਜਾ। ਬੇਬੇ ਰਵੀ, ਰਵੀ ਰਵੀ ਤਾਂ ਹੈ ਨਹੀਂ ਗਾ ਜੀ, ਕੌਣ ਆ ਜਾਓ। ਸਤਿ ਸ੍ਰੀ ਅਕਾਲ ਮੈਡਮ ਜੀ। ਸਤਿ ਸ੍ਰੀ ਅਕਾਲ ਜੀ, ਨਾਲੇ ਮੈਂ ਨਾ ਕੋਈ ਮੈਡਮ ਮੁਡਮ ਨਹੀਂ ਹੈਗੀ, ਮੈਂ ਤਾਂ ਹਲੇ ਪੜ੍ਹਦੀ ਆ। ਚਲ ਭਾਈ ਪੜ੍ਹਦੇ ਭਾਵੇਂ ਤੁਸੀਂ, ਹੈ ਤਾਂ ਮੈਡਮ ਹੀ ਨਾ। ਰਵੀ ਕਿੱਥੇ ਆ? ਰਵੀ ਤਾਂ ਕੱਪੜੇ ਲੈਣ ਗਿਆ ਜੀ, ਮੈਨੂੰ ਲੱਗਦਾ ਸਾਰਾ ਪਰਿਵਾਰ ਹੀ ਗਿਆ, ਮੈਨੂੰ ਲੱਗਦਾ ਕੱਪੜੇ ਲੈਣ ਇਕੱਠੇ ਹੋ ਕੇ ਗਏ ਸੀ ਲੱਗਦਾ। ਸਾਰਾ ਪਰਿਵਾਰ ਗਿਆ, ਫਿਰ ਤੁਸੀਂ ਪਰਿਵਾਰ 'ਚ ਨਹੀਂ ਹੈਗੇ, ਤੁਸੀਂ ਕਿਉਂ ਨਹੀਂ ਗਏ? ਉਹ ਮੈਂ ਤਾਂ ਫਿਰ ਘਰੇ ਹੁੰਦਾ ਜੀ, ਕੰਮ ਕਾਰ ਕਰਦਾ ਹੁੰਦਾ, ਮੈਨੂੰ ਤਾਂ ਕਿਹੜਾ ਲੋੜ ਜਾਂਦਾ ਹੈਗਾ। ਨਾਲੇ ਆ ਐਡਾ ਵੱਡਾ ਮੰਜਾ ਪਿਆ, ਤੁਸੀਂ ਥੱਲੇ ਕਿਉਂ ਬੈਠੇ ਆ? ਉਹ ਫਿਰ ਐਵੇਂ ਲੜਨਗੇ ਜੀ, ਮੰਜੇ ਤੇ ਬਹਿ ਗਿਆ, ਉਹਨਾਂ ਦਾ ਪਤਾ ਹੀ ਨਹੀਂ ਕੋਈ, ਐਵੇਂ ਮਾੜੇ ਖਾਤਰ ਕੀ ਆ, ਟਾਈਮ ਪਾਸ ਹੀ ਕਰਨਾ, ਚੱਲ ਕਹਿੰਦੇ ਜਿਵੇਂ ਮਰਜ਼ੀ ਹੋ ਜੇ। ਤੁਸੀਂ ਇਨਸਾਨ ਹੋ, ਕੋਈ ਜਾਨਵਰ ਨਹੀਂ ਹੈਗੇ, ਨਾਲੇ
ਤੁਸੀਂ ਰਵੀ ਦੇ ਭਰਾ ਐ ਵੱਡੇ। ਓਹੋ, ਇਹ ਤਾਂ ਗੱਲ ਮੈਂ ਜਾਣਦਾ ਜੀ ਵੀ ਮੇਰੇ ਉਹ ਭਰਾ ਆ ਗਏ, ਪਰ ਉਹ ਇਹ ਗੱਲ ਨਹੀਂ ਮੰਨਦੇ ਨਾ ਵੀ ਸਾਡਾ ਵੱਡਾ ਭਰਾ ਸਾਰਾ ਕੰਮ ਕਰਦਾ ਗਾ, ਫਿਰ ਵੀ ਮੇਰੇ ਨਾਲ ਐਂ ਕਰਦੇ ਰਹਿੰਦੇ ਆ, ਕਿਉਂ ਇੰਨਾ ਬਿਤਕਰਾ ਕਰਦੇ ਆ? ਇਹ ਗੱਲ ਤਾਂ ਮੈਨੂੰ ਵੜਵੜ ਖਾਈ ਜਾਂਦੀ ਰਹਿੰਦੀ ਹੈ। ਇੱਕ ਤਾਂ ਬੰਦਾ ਐਂ ਹੁੰਦਾ ਭਾਈ ਚੱਲ ਕੰਮ ਕਾਰ ਨਹੀਂ ਕਰਦਾ, ਇੱਥੇ ਜੇ ਬੁਖਾਰ ਵੀ ਚੜ ਜੇ ਤਾਂ ਵੀ ਅੱਖਾਂ ਕੰਮ ਕਰ ਸਾਰਾ, ਬਸ ਮੈਨੂੰ ਤਾਂ ਇਹ ਲੱਗਦਾ ਕਿਤੇ ਕਿਤੇ ਵੀ ਜਿਵੇਂ ਮੈਂ ਇਹਨਾਂ ਦਾ ਮੁੰਡਾ ਨਹੀਂ ਹੁੰਦਾ ਮੈਨੂੰ ਚੱਕ ਕੇ ਲਿਆਂਦਾ ਹੁੰਦਾ। ਨਹੀਂ ਨਹੀਂ ਐਵੇਂ ਨਹੀਂ ਹੁੰਦਾ, ਕੋਈ ਕਿਸੇ ਨੂੰ ਚੱਕ ਕੇ ਕਿਵੇਂ ਲਿਆ ਸਕਦਾ? ਤੁਸੀਂ ਇਹਨਾਂ ਦੇ ਜੇਠੇ ਜੇਠੇ ਪੁੱਤੋਂ, ਪਰ ਇਹਨਾਂ ਵਾਸਤੇ ਗਲਤ ਗੱਲ ਆ, ਇਹਨਾਂ ਨੂੰ ਸਮਝਣਾ ਚਾਹੀਦਾ। ਦਿਨ ਰਾਤ ਤੁਸੀਂ ਸੀਰੀਆ ਵਾਂਗੂ ਕੰਮ ਕਰਦੇ ਆ। ਕੰਮ ਤਾਂ ਹੈ ਜੀ, ਸਾਰਾ ਕੰਮ ਵੀ ਮੈਂ ਕਰਦਾ ਮੈਡਮ ਜੀ, ਪੂਰਾ ਪੂਰਾ, ਨਾਲੇ ਖੇਡਦਾ ਤੇ ਨਾਲੇ ਕਰਦਾ। ਪਹਿਲਾਂ ਤਾਂ ਨਾ ਮੈਨੂੰ ਮੈਡਮ ਕਹਿਣਾ ਛੱਡ ਦਿਓ, ਮੇਰਾ ਨਾਮ ਰੀਤ ਆ। ਚਲੋ ਮੈਂ ਰੀਤ ਕਹਿ ਦਿਆ ਕਰੂੰਗਾ ਜੀ, ਕੋਈ ਗੱਲ ਨਹੀਂ। ਰੀਤ ਜੀ, ਕੰਮ ਤਾਂ ਸਾਰਾ ਮੈਂ ਹੀ ਕਰਦਾ ਜੀ, ਸਾਨੂੰ ਧੂੰਆਂ ਪੈਂਦਾ ਜੀ, ਹੈਨਾ? ਕੋਈ ਗੱਲ ਨਹੀਂ, ਤੂੰ ਇਹਦਾ ਤਾਂ ਸਰ ਜੂਗਾ। ਆ ਜਿਹੜਾ ਤੁਹਾਨੂੰ ਧੂੰਆਂ ਪਈ ਜਾਂਦਾ, ਇਹਦਾ ਨਹੀਂ ਕੋਈ ਹੱਲ ਕੱਢਿਆ ਜਾਂਦਾ ਤੁਹਾਡੇ ਤੋਂ? ਭਾਈ ਮੇਰੇ ਕਾਹਦੇ ਹੱਲ ਇਹ ਹੱਲ ਹੁੰਦੇ? ਪਹਿਲਾਂ ਕੋਈ ਆਇਆ ਸੀਗਾ ਇੱਥੇ ਪਿੰਡ 'ਚੋਂ ਵੀ ਤੈਨੂੰ ਰਿਸ਼ਤਾ ਕਰਾ ਦਿੰਦੇ ਹਾਂ, ਉਹਦੇ ਮਗਰੀ ਪੈ ਗਏ, ਕਹਿੰਦੇ ਹਾਂ ਹੈ ਅਸੀਂ ਜਦੋਂ ਇਹਨੂੰ ਵਿਆਹੁਣਾ ਹੀ ਨਹੀਂਗਾ, ਹਾਰ ਕੇ ਭਾਈ ਫਿਰ ਚੁੱਪ ਕਰਕੇ ਨਾ ਮੈਨੂੰ ਇਹ ਗੱਲ ਕਰਨ ਦਿੰਦੇ ਆ। ਮੇਰੇ ਤਾਂ ਫਿਰ ਤਿੰਨ ਜਣੇ ਲੱਗ ਜਾਂਦੇ ਜਦੋਂ ਵਿਆਹ ਦਾ ਨਾਂ ਵੀ ਲੈਣਾ, ਪਰ ਆਪਾਂ ਚੁੱਪ ਹੀ ਕਰਗੇ। ਉਹ ਕਦੇ ਪਹਿਲਾਂ ਆਪਦੇ ਮੁੰਡੇ ਵਿਆਹੂਗੀ, ਤੂੰ ਵਿਆਹ ਕਰਾ ਕੇ ਕੀ ਕਰਨਾ ਗਾ, ਤੂੰ ਕੰਮ ਕਰੀ ਚੱਲ। ਮੈਨੂੰ ਤਾਂ ਫਿਰ ਐਂ ਕਹਿ ਦਿੰਦੇ ਆ, ਮੈਂ ਚੁੱਪ ਕਰ ਜਾਂਦਾ ਗਾ। ਇੱਕ ਵੀਰਾ ਤਾਂ ਵਿਆਹਿਆ ਹੀ ਹੋਇਆ, ਰਹੀ ਗੱਲ ਰਵੀ ਦੀ, ਉਹ ਹਲੇ ਚਲੋ ਮਾੜਾ ਮੋਟਾ ਪੜ ਹੀ ਜਾਂਦਾ ਏ, ਉਹਦਾ ਵੀ ਵਿਆਹ ਹੋ ਜੂਗਾ। ਪਰ ਤੁਸੀਂ ਇੰਨੇ ਵੱਡੇ ਆ, ਤੋਂ ਬਾਅਦ ਉਮਰ ਲੰਘ ਜੂਗੀ, ਵਿਆਹ ਕਰਾਉਣ ਦਾ ਟਾਈਮ ਆ ਤੁਹਾਡਾ। ਓਹੋ, ਮੇਰੇ ਬਾਰੇ ਵੀ ਕੋਈ ਸੋਚਣ ਵਾਲਾ ਹੋਵੇ ਜੀ, ਫੇਰ ਹੀ ਵਿਆਹ ਹੋਊਗਾ। ਮੇਰੇ ਬਾਰੇ ਤਾਂ ਕੋਈ ਸੋਚਦੇ ਨਹੀਂ ਗਾ, ਸਾਰੇ ਆਪਦੇ ਬਾਰੇ ਸੋਚੀ ਜਾ ਦਿੰਦੇ ਆ। ਬਸ ਮੇਰੇ ਤਾਂ ਆਹੀ ਆ, ਕੰਮ ਤੱਕ ਹੀ ਮਸਲਾ ਹੈਗਾ, ਬਸ ਮੈਂ ਤਾਂ ਉਹਦਾ ਕੰਮ ਕਰੀ ਜਾਂਦਾ। ਸਹੀ ਗੱਲ ਆ, ਤੁਹਾਡੀ ਤਾਂ ਬੇਬੇ ਵੀ ਬਾਹਲੀ ਚੱਕਵੀ ਆ, ਉਹ ਤਾਂ ਕਿਸੇ ਨੂੰ ਗੱਲ ਹੀ ਨਹੀਂ ਆਉਣ ਦਿੰਦੀ। ਤੁਸੀਂ ਤਾਂ ਧੰਨ ਦੇ ਹੋ ਜਿਹੜਾ ਉਹਦੇ ਨਾਲ ਰਹੀ ਜਾਂਦੇ ਹੋ। ਤੇ ਮੈਂ ਤਾਂ ਤੁਹਾਨੂੰ ਇਹੀ ਗੱਲ ਕਹਿਣਾ ਰੀਤ ਜੀ, ਤੁਸੀਂ ਵਗ ਜਾਓ, ਐਵੇਂ ਜੇ ਆ ਗਏ ਨਾ ਐਵੇਂ ਤੁਹਾਡੇ ਨਾਲ ਲੜਨਗੇ, ਫਿਰ ਮੈਨੂੰ ਉਹਦੇ ਜ਼ਿਆਦਾ ਔਖਾ ਲੱਗੂ। ਚੱਲ ਮੇਰਾ ਤਾਂ ਰੋਜ਼ ਦਾ ਕੰਮ ਆ, ਮੈਂ ਤਾਂ ਚੱਲ ਲੈਣਾ, ਜੇ ਤੁਹਾਨੂੰ ਬੋਲਣਗੇ ਫਿਰ ਮੈਨੂੰ ਦੁੱਖ ਜਾਊਗਾ, ਇਹ ਤਾਂ ਮੈਂ ਵੀ ਇਨਸਾਨ ਹੀ ਨਾ। ਤੁਹਾਨੂੰ ਕਿਉਂ ਦੁੱਖ ਆਊਗਾ, ਨਾਲੇ ਇੰਨੀ ਕਿਸੇ ਦੀ ਮਜਾਲ ਨਹੀਂ ਵੀ ਕੋਈ ਰੀਤ ਅੱਗੇ ਬੋਲ ਪਏ। ਆ ਤੁਹਾਡੀ ਬੇਬੇ ਬੂਬੇ ਨਾ ਮੇਰੇ ਤਾਂ ਪਾਣੀ ਭਰਦੀ ਫਿਰੂਗੀ, ਜੇ ਮੇਰੇ ਅੱਗੇ ਨੇ ਸਾਹ ਵੀ ਕੱਢ ਲਿਆ। ਚਲੋ ਕੋਈ ਨਾ, ਹੁਣ ਮੈਂ ਚੱਲਦੀ ਹਾਂ। ਤੁਸੀਂ ਦੇਖ ਲਿਓ ਜੀ, ਤੁਹਾਡੀ ਨਿਗਾਹ 'ਚ ਕੋਈ ਰਿਸ਼ਤਾ ਹੋਇਆ ਤਾਂ ਤੁਸੀਂ ਕਰਾ ਦਿਓ। ਕੋਈ ਗੱਲ ਨਹੀਂ ਜੀ, ਰਿਸ਼ਤਾ ਤਾਂ ਮੈਂ ਕਰਵਾ ਦੂੰਗੀ। ਕਰਵਾ ਦੂੰਗੇ ਜੀ? ਹਾਂ ਕਰਵਾ ਦੂੰਗੀ, ਇਹ ਕਿੱਡੀ ਕੁ ਗੱਲ ਆ। ਪਰ ਜਿਹੜੇ ਕੰਮ ਤੁਸੀਂ ਕਰਦੇ ਹੋ ਇਹ ਕੰਮ ਨਹੀਂ ਅਗਲੀ ਨੇ ਸਹਿਣੇ ਹੈਗੇ, ਉਹ ਤਾਂ ਵਿੱਚੀ ਤੁਹਾਨੂੰ, ਵਿੱਚੀ ਤੁਹਾਡੀ ਬੇਬੇ ਬੂਬੇ ਨੂੰ ਕੁੱਟਿਆ ਕਰੂ ਫੜ ਕੇ। ਕੋਈ ਗੱਲ ਨਹੀਂ, ਜੋ ਕੋਈ ਮੇਰਾ ਸਹਾਰਾ ਆ ਗਿਆ ਨਾ ਫਿਰ ਤਾਂ ਮੈਨੂੰ ਵੀ ਆਇਆ ਹੋ ਮੇਰਾ ਸਹਾਰਾ, ਹੁਣ ਮੈਂ ਇਕੱਲਾ ਗਾ, ਫਿਰ ਮੈਂ ਹੁਣ ਚੁੱਪ ਰਹਿਣਾ। ਗੱਲ ਇਹ ਹੋ ਜਾਂਦੀ ਹੈ ਜਦੋਂ ਆਪਣਾ ਕੋਈ ਜੀਵਨ ਸਾਥੀ ਆ ਜਾਏ ਨਾ, ਐਂ ਤਾਂ ਮੈਨੂੰ ਸਾਰੀਆਂ ਗੱਲਾਂ ਦਾ ਪਤਾ ਗਾ, ਫਿਰ ਮੈਂ ਥੋੜ੍ਹੀ ਇਹਨਾਂ ਦੇ ਮਗਰ ਲੱਗੂੰਗਾ, ਮੈਂ ਉਹਦੀ ਸੁਣੂੰਗਾ, ਕੋਈ ਕਮਲਾ ਬੋਲਦਾ ਮੈਂ ਹੈ ਨਹੀਂਗਾ। ਚਲੋ ਵਧੀਆ ਗੱਲ ਆ, ਜੇ ਉਹਦੀ ਸੁਣੋਗੇ, ਨਹੀਂ ਤਾਂ ਦੂਜੇ ਦਿਨ ਹੀ ਤਲਾਕ ਹੋ ਜੂ। ਚਲੋ ਚੰਗਾ, ਮੈਂ ਤਾਂ ਚੱਲਦੀ ਹਾਂ। ਚਲੋ ਠੀਕ ਆ ਰੀਤ ਜੀ, ਚਲੋ ਕਰੋ ਜੀ ਗੱਲ ਫਿਰ ਤੁਸੀਂ ਜੀ, ਆਪਾਂ ਨੂੰ ਕਰਾਈ ਦੇਵੇ ਹੈ ਨਾ। ਕਈ ਵਾਰੀ ਹੁੰਦਾ ਕੋਈ ਜੀ ਮਹਾਰਾਜ ਮੇਰੀ ਸੁਣੀ ਲਵੇ, ਮੈਂ ਇੰਨਾ ਮਾੜਾ ਤਾਂ ਨਹੀਂ ਜਿੰਨਾ ਇਹਨਾਂ ਦਾ ਬਣਾਇਆ ਗਾ। ਹੈ ਚੱਲ ਕੋਈ ਗੱਲ ਨਹੀਂ, ਹੁਣ ਤਾਂ ਤੂੰ ਆ ਜਾ ਮੇਰੇ ਕੋਲ, ਹੁਣ ਤਾਂ ਕੋਈ ਡਰ ਨਹੀਂ। ਮੈਂ ਤਾਂ ਨਾ ਉਹ ਰਵੀ ਨੀ ਹੈਗਾ ਜਿਹੜਾ, ਓਹਦੇ ਕੋਲੋਂ ਨਾ ਨੋਟਿਸ ਜੇ ਫੜਨ ਆਈ ਸੀਗੀ।
ਅੱਛਾ ਮੈਂ ਤਾਂ ਉਹਨਾਂ ਦੇ ਕੰਮ ਤੇ ਲੱਗੀ ਹੋਈ ਆ। ਰਵੀ ਕੇ? ਰਵੀ ਕੇ? ਅੱਛਾ ਅੱਛਾ ਠੀਕ ਹੈ। ਤੂੰ ਇੰਨਾ ਪੜ੍ਹ ਲਿਖ ਕੇ ਕਿਸੇ ਦੇ ਘਰ ਦਾ ਕੰਮ ਕਰਦੀ ਆ? ਬਸ ਤੈਨੂੰ ਪਤਾ ਹੀ ਆ ਰੀਤ, ਘਰ ਦੀਆਂ ਮਜਬੂਰੀਆਂ ਹੁੰਦੀਆਂ ਨੇਗੀਆਂ। ਸਹੀ ਗੱਲ ਆ ਪ੍ਰੀਤ, ਚੱਲ ਕੋਈ ਗੱਲ ਨੀ, ਹੁਣ ਤਾਂ ਵਧੀਆ ਰਹਿੰਦੀ ਆ ਨਾ। ਹਾਂ ਹਾਂ ਵਧੀਆ ਰਹਿੰਦੀ ਆ ਰੀਤ, ਚੱਲ ਆ ਜਾ ਘਰੇ ਚੱਲੀ ਆਪਣੇ। ਨਹੀਂ ਨਹੀਂ ਬਸ ਘਰੇ ਕੀ ਜਾਊਂਗੀ। ਨਹੀਂ ਨਹੀਂ ਘਰੇ ਤਾਂ ਮੈਂ ਲੈ ਕੇ ਜਾਊਂਗੀ ਤੁਹਾਨੂੰ, ਘਰੇ ਚਾਹ ਪਾਣੀ ਪੀ ਕੇ ਚੱਲੀ। ਕੁਛ ਨਹੀਂ ਹੁੰਦਾ, ਜਾ ਚੱਲ 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 ਆ ਜਾ। ਹੋਰ ਸੁਣਾ ਪ੍ਰੀਤ ਕਿਵੇਂ ਆ? ਠੀਕ ਹੈ ਰੀਤ, ਚੱਲ ਤੂੰ ਬਹਿ ਜਾ, ਮੈਂ ਚਾਹ ਬਣਾ ਕੇ ਲਿਆਉਂਦੀ ਹਾਂ। ਨਾ ਮੈਂ ਚਾਹ ਨਹੀਂ ਪੀਣੀ ਬਸ। ਕਿਉਂ? ਲੈ ਆਪਾਂ ਗੱਲਾਂ ਕਰ ਲਾਂਗੇ ਥੋੜਾ, ਚਾਹ ਤਾਂ ਮੈਂ ਘਰੇ ਵੀ ਪੀਣੀ ਆ, ਤੂੰ ਥੋੜੀ ਮੈਨੂੰ ਰੋਜ਼ ਰੋਜ਼ ਮਿਲੇਂਗੀ। ਲੈ ਫਿਰ ਕੀ ਹੁੰਦਾ, ਫਿਰ ਚਾਹ ਪਾਣੀ ਤਾਂ ਹੁਣ ਪੀਣਾ ਹੀ ਹੈ। ਬਸ ਬਸ ਪ੍ਰੀਤ ਇੱਕ ਗੱਲ ਪੁੱਛਾਂ, ਗੁੱਸਾ ਨਾ ਕਰੀ, ਜਿਹੜਾ ਨਾ ਉੱਥੇ ਰਵੀ ਦਾ ਵੱਡਾ ਭਰਾ ਏ, ਹਾਂ ਯਾਰ ਉਹਦੇ ਨਾਲ ਐਂ ਜੇ ਕਿਉਂ ਕਰਦੇ ਨੇ ਜਿਵੇਂ ਉਹ ਉਹਨਾਂ ਦਾ ਆਪਣਾ ਨਾ ਹੋਵੇ, ਸੀਰੀਆਂ ਵਾਂਗੂ। ਹਾਏ ਉਹ ਤਾਂ ਉਹਨੂੰ ਬਾਹਲਾ ਤੰਗ ਕਰਦੇ ਨੇ, ਮੈਂ ਉਹਨੂੰ ਡੇਲੀ ਦੇਖਦੀ ਹਾਂ ਰੋਜ਼। ਹਾਏ ਸਾਰਾ ਤਾਂ ਉਹਤੋਂ ਕੰਮ ਕਰਾਉਂਦੇ ਨੇਗੇ। ਅੱਛਾ ਤੇ ਸਾਰ ਨਾ ਹੀ ਉਹਨੂੰ ਮੰਜੇ ਤੇ ਬੈਠਣ ਦੇਣ, ਬਸ ਐਵੇਂ ਹੀ ਰੱਖਦੇ ਆ ਉਹਨੂੰ ਸਾਰਾ ਦਿਨ ਤੰਗ ਕਰਕੇ। ਸਾਰਾ ਦਿਨ ਮੱਝਾਂ ਦਾ ਗੋਹਾ ਕੁੜੇ ਕਰਦਾ ਰਹਿੰਦਾ ਉਹ। ਹਾਂ ਸਾਰਾ ਦਿਨ ਕੰਮ ਕਰਾਉਂਦੇ ਆ ਉਹ ਤੋਂ। ਹੋਰ ਮਾੜੀ ਗੱਲ ਆ ਪ੍ਰੀਤ, ਕਿਸੇ ਦਿਨ ਨਾ ਇਹਨਾਂ ਨੂੰ ਉਹਦਾ ਸ਼ਰਾਪ ਲੈ ਕੇ ਬਹਿ ਜੂਗਾ। ਉਹੀ ਤਾਂ ਗੱਲ ਆ ਰੀਤ, ਸੱਚੀ ਜੇ ਮੈਂ ਨਾ ਵਿਆਹੀ ਹੁੰਦੀ ਨਾ ਤਾਂ ਮੈਂ ਹੀ ਵਿਆਹ ਕਰਾ ਲੈਂਦੀ ਉਹਦੇ ਨਾਲ। ਲੈ ਕਮਲੀ ਤੇਰਾ ਤਾਂ ਹੁਣ ਵਿਆਹ ਹੋ ਗਿਆ, ਤੂੰ ਐ ਕਰ ਤੂੰ ਮੇਰਾ ਵਿਆਹ ਕਰਵਾ ਦੇ ਉਹਦੇ ਨਾਲ, ਤੂੰ ਵਿਚੋਲਣ ਬਣ ਜਾ ਸਾਡੀ। ਤੇਰਾ ਰੀਤ, ਤੂੰ ਤਾਂ ਵੀ ਪੜ੍ਹੀ ਲਿਖੀ ਵੱਧ ਆ। ਫਿਰ ਕੀ ਹੋ ਗਿਆ, ਜੇ ਮੇਰੀ ਪੜ੍ਹਾਈ ਲਿਖਾਈ ਨਾਲ ਉਹਦੀ ਜ਼ਿੰਦਗੀ ਸੁਧਰਦੀ ਆ ਤਾਂ ਮੈਨੂੰ ਕੋਈ ਇਤਰਾਜ਼ ਨਹੀਂ ਹੈਗਾ, ਮੈਂ ਵਿਆਹ ਕਰਾਉਣ ਨੂੰ ਤਿਆਰ ਆ। ਤੂੰ ਗੱਲ ਕਰਕੇ ਦੇਖ ਉਹਨਾਂ ਦੇ ਘਰਦਿਆਂ ਨਾਲ। ਚੱਲ ਠੀਕ ਹੈ ਰੀਤ, ਮੈਂ ਗੱਲ ਕਰੂੰਗੀ ਜਾ ਕੇ। ਪੱਕਾ? ਪੱਕਾ। ਚੱਲ ਚੰਗਾ। ਚੱਲ ਠੀਕ ਹੈ ਰੀਤ, ਮੈਂ ਜਾਵਾਂ ਹੁਣ। ਨਹੀਂ ਬਹਿ ਜਾ ਹਜੇ, ਹੁਣ ਬਹਿ ਕੇ ਕੀ ਕਰੂੰਗੀ, ਜੇ ਤੇਰਾ ਬਸ ਚੱਲੇ ਨਾ ਤੂੰ ਤਾਂ ਮੈਨੂੰ ਇੱਥੋਂ ਜਾਣ ਹੀ ਨਾ ਦੇਵੇਂ। ਚੱਲ ਕੋਈ ਗੱਲ ਨਹੀਂ, ਤੂੰ ਬਹਿ ਜਾਂਦੇ, ਮੈਂ ਚਾਹ ਬਣਾ ਕੇ ਲਿਆਉਂਦੀ ਹੈਗੀ। ਪ੍ਰੀਤ ਚਾਹ ਪੀਣ ਨੂੰ ਤਾਂ ਜਮੀ ਵੀ ਦਿਲ ਨਹੀਂ ਕਰਦਾ ਹੈਗਾ, ਨਾਲੇ ਤੂੰ ਐਂ ਦੱਸ ਤੂੰ ਸਾਡੇ ਘਰੇ ਕਦੋਂ ਆ ਕੇ ਜਾਵੇਂਗੀ? ਆਊਂਗੀ ਰੀਤ, ਬਸ ਮੈਂ ਇਹਨਾਂ ਦੇ ਕੰਮ ਤੇ ਲੱਗ ਰਹੀ ਹਾਂ, ਹਜੇ ਕਿਤੇ ਆਇਆ ਹੀ ਨਹੀਂ ਜਾਂਦਾ ਹੈਗਾ ਗਾ। ਅੱਛਾ ਕਿੰਨੇ ਕੁ ਪੈਸੇ ਪੂਸੇ ਦੇ ਦਿੰਦੇ ਨੇ ਵਧੀਆ ਤੈਨੂੰ? ਹਾਂ 1200 ਰੁਪਏ ਦਿੰਦੇ ਨੇਗੇ। 1200 ਰੁਪਇਆ? ਯਾਰ ਤੂੰ ਆਪਦੀ ਜ਼ਿੰਦਗੀ ਦਾ ਕੀ ਕਰ ਲਿਆ? ਬਸ ਪਤਾ ਹੀ ਨਹੀਂ, ਜੋ ਕਿਸਮਤ 'ਚ ਲਿਖਿਆ ਸੀਗਾ। ਚੱਲ ਕੋਈ ਨਾ, ਜੇ ਤੈਨੂੰ ਕਿਸੇ ਚੀਜ਼ ਦੀ ਲੋੜ ਹੁੰਦੀ ਹੈ ਨਾ ਮੈਨੂੰ ਦੱਸ ਦਿਆ ਕਰ, ਤੇਰੇ ਕੋਲ ਨੰਬਰ ਹੈਗਾ ਮੇਰਾ? ਹਾਂ ਰੀਤ ਹੈਗਾ। ਫੋਨ ਫਾਨ ਕਰਦੀ ਰਿਹਾ ਕਰ, ਠੀਕ ਆ? ਠੀਕ ਹੈ ਰੀਤ। ਚੱਲ ਚੰਗਾ, ਹੁਣ ਮੈਂ ਚੱਲਦੀ ਹਾਂ। ਚੰਗਾ ਰੀਤ। ਚੱਲ ਵਾਧੂ ਆ ਕੀ ਆਖਾਂ ਬਾਈ, ਲੈ ਕੇ ਆ ਤੇ ਥੋੜਾ ਥੋੜਾ ਰਾਤ ਨਾਲ ਸੋਨੂੰ ਛੋਟਾ ਵੀ ਕੰਮ ਨਿਬੜੂਗਾ। ਵੀਰ ਜੀ ਬੋਕਲ ਲੈਣੀ ਭਾਈ? ਨਹੀਂ ਨਹੀਂ ਵੀਰ ਜੀ, ਮੈਂ ਤੁਹਾਡੇ ਨਾਲ ਗੱਲ ਕਰਨੀ ਸੀ। ਮੇਰੇ ਨਾਲ ਦੱਸੋ। ਵੀਰ ਜੀ ਮੈਂ ਤੁਹਾਨੂੰ ਇਹ ਕਹਿੰਦੀ ਸੀਗੀ ਵੀ ਜਿਹੜੀ ਉਹਦੇ ਉਸ ਦਿਨ ਰਵੀ ਦੀ ਫਰੈਂਡ ਨਹੀਂ ਆਈ ਸੀਗੀ ਜਿਹਦਾ ਨਾਮ ਰੀਤ ਸੀਗਾ। ਹਾਂਜੀ ਹਾਂਜੀ। ਤੇ ਉਹਦੇ ਬਾਰੇ ਗੱਲ ਕਰਦੀ ਸੀ ਜੀ ਵੀ ਤੁਹਾਡੇ ਨਾਲ ਵੀ ਉਹ ਵਿਆਹ ਕਰਾਉਣਾ ਚਾਹੁੰਦੀ ਹੈ। ਮੇਰੇ ਨਾਲ? ਹਾਂਜੀ ਤੁਹਾਡੇ ਨਾਲ। ਭਾਈ ਤੁਹਾਨੂੰ ਕੋਈ ਭੁਲੇਖਾ ਪੈ ਗਿਆ, ਪਤਾ ਤਾਂ ਨਹੀਂ ਮਾਈ ਕਮਲਾ, ਪਤਾ ਨਹੀਂ ਤੁਸੀਂ ਕਮਲੇ, ਤੁਸੀਂ ਦੱਸੋ। ਨਹੀਂ ਨਹੀਂ ਵੀਰ ਜੀ, ਉਹ ਮੇਰੇ ਭਾਣੇ ਦੇ ਵਿਆਹ ਕਿਵੇਂ ਕਰਾ ਲੈਣਗੇ? ਨਹੀਂ ਨਹੀਂ ਵੀਰ ਜੀ ਕੋਈ ਵੀ ਭੁਲੇਖਾ ਨਹੀਂ ਹੈਗਾ ਗਾ। ਨਹੀਂ ਭਾਈ ਤੁਹਾਨੂੰ ਭੁਲੇਖਾ ਪੈ ਹੋਊਗਾ, ਉਹਨੂੰ ਮੈਂ ਇੰਨੀ ਗੱਲ ਤਾਂ ਜ਼ਰੂਰ ਕਹੀ ਸੀਗੀ ਵੀ ਉਹਦੇ ਘਰੇ ਹੈ ਨਹੀਂ ਸੀ, ਚੱਲ 2 ਮਿੰਟ ਮੈਨੂੰ ਟਾਈਮ ਮਿਲ ਗਿਆ ਗੱਲਾਂ ਕਰਨ ਦਾ ਵੀ ਮੈਨੂੰ ਕੋਈ ਰਿਸ਼ਤਾ ਕਰਾ ਦਿਓ, ਉਹਨੇ ਤੁਹਾਨੂੰ ਐਂ ਕਿਹਾ ਹੋਊਗਾ
ਵੀ ਹੋਰ ਕੁੜੀ ਦਾ ਕਰਵਾ ਦੇਣੀ ਹੈ। ਨਹੀਂ ਵੀਰ ਜੀ, ਹੋਰ ਕੁੜੀ ਦਾ ਨਹੀਂ, ਉਹਨੂੰ ਤੁਹਾਡੇ ਬਾਰੇ ਸਾਰਾ ਕੁਝ ਪਤਾ ਗਾ, ਉਸੇ ਨੇ ਮੈਨੂੰ ਕਹਿ ਕੇ ਭੇਜਿਆ ਗਾ ਵੀ ਤੂੰ ਗੱਲ ਕਰਕੇ ਆ। ਵੀਰ ਜੀ, ਮੈਂ ਰੀਤ ਦੀ ਫਰੈਂਡ ਆ, ਅਸੀਂ ਇਕੱਠੇ ਪੜ੍ਹਦੇ ਹੁੰਦੇ ਸੀ। ਤੁਹਾਡੇ ਨਾਲ ਪੜ੍ਹਦੇ ਸੀ? ਹਾਂਜੀ ਵੀਰ ਜੀ। ਉਹ ਤਾਂ ਹਜੇ ਤੱਕ ਪੜ੍ਹੀ ਜਾਂਦੇ ਜੀ। ਬਸ ਵੀਰ ਜੀ, ਤੁਹਾਨੂੰ ਪਤਾ ਹੀ ਆ ਘਰ ਦੀ ਗਰੀਬੀ ਕਰਕੇ ਤੇ ਮੈਂ 10ਵੀਂ 'ਚ ਹੀ ਹਟ ਗਈ ਸੀਗੀ। ਅੱਛਾ, 10ਵੀਂ 'ਚ ਹਟ ਗਏ ਸੀ? ਹਾਂਜੀ। 10ਵੀਂ ਤੱਕ ਤੁਹਾਡੇ ਨਾਲ ਪੜ੍ਹੇ ਆ? ਹਾਂਜੀ ਹਾਂਜੀ। ਅੱਛਾ ਅੱਛਾ, ਠੀਕ ਆ। ਫਿਰ ਤੁਸੀਂ ਐਂ ਕਰਿਓ ਕਿ ਉਹਨੂੰ ਹੋਰ ਪੁੱਛ ਲਿਓ ਕਿ ਉਹ ਰਵੀ ਬਾਰੇ ਕਹਿੰਦੀ ਹੋਵੇ ਵੀ ਰਵੀ ਨੂੰ ਮੇਰਾ ਰਿਸ਼ਤਾ ਕਰਾ ਦਿਓ। ਨਹੀਂ ਵੀਰ ਜੀ, ਰਵੀ ਬਾਰੇ ਨਹੀਂ, ਉਹਨੇ ਤਾਂ ਤੁਹਾਡੇ ਬਾਰੇ ਕਹਿ ਕੇ ਭੇਜਿਆ ਸੀਗਾ। ਸਾਡੇ ਬਾਰੇ ਕਹਿ ਕੇ ਭੇਜਿਆ? ਚਲੋ ਕੋਈ ਗੱਲ ਨਹੀਂ, ਤੁਸੀਂ ਐਂ ਕਰਿਓ ਫਿਰ ਉਹਦੇ ਨਾਲ ਦੁਬਾਰੇ ਗੱਲ ਕਰਕੇ ਦੇਖਿਓ। ਹਾਂਜੀ ਵੀਰ ਜੀ, ਕੋਈ ਗੱਲ ਨਹੀਂ, ਮੈਂ ਦੁਬਾਰਾ ਗੱਲ ਕਰ ਲੈਂਦੀ ਹਾਂ। ਚਲ ਜੇ ਮੇਰੇ ਨਾਲ ਰਿਸ਼ਤਾ ਕਹਿੰਦੀ ਹੈ, ਪਰ ਊਂ ਤਾਂ ਸਾਡਾ ਫਰਕ ਵੀ ਬਹੁਤ ਆ। ਚਲ ਜੇ ਉਹ ਆਪਦੇ ਆਪ ਕਹਿੰਦੀ ਹੈ ਕੋਈ ਗੱਲ ਨਹੀਂ ਭਾਈ, ਫਿਰ ਮੈਂ ਤਾਂ ਲੈ ਲੂ ਰਿਸ਼ਤਾ, ਮੈਨੂੰ ਕੀ ਤਰ੍ਹਾਂ ਆ ਜਾ। ਠੀਕ ਹੈ ਵੀਰ ਜੀ, ਕੋਈ ਨਾ। ਪਰ ਇੱਕ ਗੱਲ ਆ, ਹਾਂਜੀ, ਘਰੇ ਨਾਲ ਸਾਡੇ ਗੱਲ ਕਰਿਓ, ਜੇ ਘਰੇ ਗੱਲ ਕਰਤੀ ਫੇਰ ਨਹੀਂ ਰਿਸ਼ਤਾ ਰੋਕਤਾ ਹੁੰਦੇ ਨਾ। ਠੀਕ ਹੈ ਵੀਰ ਜੀ, ਠੀਕ ਹੈ ਨਾ ਗੱਲ। ਹਾਂਜੀ, ਬਾਹਰ ਦੀ ਵਾਰੀ ਆਨੰਦ ਲੈ ਕੇ ਬਾਅਦ ਚ ਘਰੇ ਆਵਾਂਗੇ, ਬਾਅਦ ਚ ਦੇਖੀਓ ਜਿਹੜਾ ਕੁਝ ਬਣੂਗਾ। ਹਾਂ ਹਾਂ ਵੀਰ ਜੀ, ਠੀਕ ਹੈ। ਸਹੀ ਗੱਲ ਹੈ ਨਾ? ਹਾਂਜੀ, ਸਾਰੀ ਕੰਡੀਸ਼ਨ ਦਾ ਪਤਾ ਆਪਣੇ ਘਰ ਦੀ ਦਾ। ਠੀਕ ਹੈ ਜੀ, ਜੇ ਘਰ ਵਾਲੇ ਨੇ ਗੱਲ ਮੰਨੀ, ਇਹ ਨਹੀਂ ਹੋਣ ਦਿੰਦੇ। ਹਾਂ ਹਾਂ ਵੀਰ ਜੀ, ਉਹ ਤਾਂ ਪਤਾ ਹੀ ਆ ਮੈਨੂੰ ਵੀ ਇਹਨਾਂ ਨੇ ਕਿਹੜੇ ਰਿਸ਼ਤੇ ਹੋਣ ਦੇਣੇ ਆ ਤੁਹਾਡੇ। ਜਿਹੜੇ ਹੋਣ ਦਿੰਦੇ ਅੱਜ ਨੂੰ ਕਿੱਦੇ ਦਾ ਹੋ ਜਾਂਦਾ, ਇਹ ਤਾਂ ਹੋਣ ਨਹੀਂ ਦਿੰਦੇ। ਇਹਨਾਂ ਨੂੰ ਐਂ ਜੇ ਕਿ ਰਿਸ਼ਤਾ ਹੋ ਗਿਆ, ਕੱਲ ਨੂੰ ਪੰਗਾ ਖੜਾ ਹੋਊਗਾ। ਹਾਂਜੀ, ਬਸ ਤੁਸੀਂ ਗੱਲ ਕਰ ਲਿਓ, ਜਿਵੇਂ ਉਹਨੇ ਕਿਹਾ ਤੁਸੀਂ ਮੈਨੂੰ ਦੱਸ ਦਿਓ, ਉਸ ਹਿਸਾਬ ਨਾਲ ਆਪਾਂ ਬਾਹਰ ਦੀ ਬਾਹਰ ਹੀ ਕਰ ਲਾਂਗੇ। ਠੀਕ ਹੈ ਵੀਰ ਜੀ, ਚਲੋ ਮੈਂ ਦੱਸ ਦਿੰਦੀ ਹਾਂ ਤੁਹਾਨੂੰ। ਠੀਕ ਹੈ, ਧੰਨਵਾਦ। ਲੈ, ਕਹਿੰਦੇ ਹੁੰਦੇ ਆ ਤੇ ਦੇਰ ਹੀ ਸਹੇ, ਕਿਤੇ ਨਾ ਕਿਤੇ ਪਰਮਾਤਮਾ ਹੀ ਸੁਣ ਲੈਂਦਾ। ਮੈਨੂੰ ਲੱਗਦਾ ਪਰਮਾਤਮਾ ਨੇ ਮੇਰੀ ਸੁਣੀ ਲੈਤੀ। ਇਹ ਵਾਹਿਗੁਰੂ, ਚਲ ਕਹਿੰਦੇ ਕੰਮ ਕਰਦੇ ਬੰਦੇ ਦੀ ਕਦਰ ਨਾ ਕਿਤੇ ਕਿਤੇ ਪਈ ਜਾਂਦੀ ਹੈ। ਭਾਵੇਂ ਮੈਂ ਸਾਰੀ ਸੇਵਾ ਕਰਦੇ ਸੀ, ਗੁਰਦੇ ਹੀ ਬਹੁਤ ਦੁਖੀ ਜਾਂਦਾ।